ਪ੍ਰੋਫੈਸਰ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ ਆਇਆਂ ਨੂੰ। ਥੈਂਕ ਯੂ ਜਿੰਦਰ। ਕੱਲ੍ਹ ਬੜੇ ਚਰਚੇ ਰਹੇ ਤੁਹਾਡੀ ਗੱਲਬਾਤ ਦੇ, ਉਸ ਇਨਫੋਰਮੇਸ਼ਨ ਦੇ ਜਿਹੜੀ ਤੁਸੀਂ ਦਿੱਤੀ ਸੀ। ਪਰਿਵਾਰਕ ਝਗੜਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮੈਨ ਵੂਮਨ ਰਿਲੇਸ਼ਨਸ਼ਿਪ ਦੇ ਵਿੱਚ, ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਜਿਹੜੀਆਂ ਤੁਸੀਂ ਕਈ ਗੱਲਾਂ ਦੱਸੀਆਂ ਸੀ, ਔਰ ਉਸ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ, ਲੇਕਿਨ ਹੁਣ ਸਾਰਿਆਂ ਦੀ ਉਮੀਦ ਇਹ ਆ ਕਿ ਜਦ ਇਹ ਪ੍ਰੋਬਲਮ ਤੁਸੀਂ ਇਸਟੈਬਲਿਸ਼ ਕਰ ਦਿੱਤੀ ਆ, ਔਰ ਇਸ ਤੋਂ ਬਾਅਦ ਇਸ ਦੇ ਕਾਰਨ ਅਤੇ ਖਾਸ ਤੌਰ ਦੇ ਉੱਤੇ ਕੋਈ ਟਿਪਸ ਜਿਹੜੀਆਂ ਕਿ ਇਹਨਾਂ ਝਗੜਿਆਂ ਦੇ ਹੋਣ ਤੋਂ ਬਚਾਓ ਹੋ ਸਕੇ। ਹਾਂਜੀ ਸਿੰਘ ਸਾਹਿਬ, ਜਿੱਦਾਂ ਤੁਸੀਂ ਦੱਸਿਆ ਜੀ, ਕੱਲ੍ਹ ਜਿਹੜੀ ਆਪਾਂ ਗੱਲ ਕੀਤੀ ਸੀ ਉਹਦੇ ਵਿੱਚ ਇੱਕ ਤਾਂ ਇਹ ਗੱਲ ਸਾਫ਼ ਸੀ ਵੀ ਇਹ ਵਾਈਡ ਸਪਰੈਡ ਆ, ਬਹੁਤ ਜ਼ਿਆਦਾ ਆ, ਘੱਟ ਵੱਧ ਦਾ ਹੀ ਫਰਕ ਆ ਵੀ ਕਿਸੇ ਪਰਿਵਾਰ 'ਚ ਜ਼ਿਆਦਾ ਆ ਕਿਸੇ ਪਰਿਵਾਰ 'ਚ ਘੱਟ ਆ, ਪਰ ਹੈ ਵਾਈਡ ਸਪਰੈਡ, ਬਹੁਤ ਜ਼ਿਆਦਾ ਆ, ਔਰ ਇਹਦੇ ਵਿੱਚ ਸੋਸਾਇਟੀ ਦੇ ਹਰ ਵਰਗ ਦੇ ਨਾਲ ਸੰਬੰਧਿਤ ਆ। ਇਹ ਵੀ ਨਹੀਂ ਹੈ ਵੀ ਜਿਹੜੇ ਪੜ੍ਹੇ ਲਿਖੇ ਕਪਲ ਆ ਉਹ ਘੱਟ ਲੜਦੇ ਆ ਜਾਂ ਜਿਹੜੇ ਨਹੀਂ ਪੜ੍ਹੇ ਉਹ ਜ਼ਿਆਦਾ, ਇੱਦਾਂ ਨਹੀਂ ਹੈ। ਕੋਈ ਪੜ੍ਹਾਈ ਲਿਖਾਈ ਦਾ ਵੀ ਇਹ 'ਚ ਕੋਈ ਫਰਕ ਨਹੀਂ, ਕਾਲੇ ਗੋਰੇ ਦਾ ਕੋਈ ਫਰਕ ਨਹੀਂ, ਹਿੰਦੁਸਤਾਨੀ ਪਾਕਿਸਤਾਨੀ ਦਾ ਕੋਈ ਫਰਕ ਨਹੀਂ ਹੈ, ਜਾ ਕੇ ਇਹ ਹਰ ਕਮਿਊਨਿਟੀ ਦੇ ਵਿੱਚ ਹੀ ਹੈਗੀ ਹੈ ਜਾ ਕੇ ਜਿਹੜੀ ਹੈਗੀ ਆ, ਔਰ ਇਹ ਬਹੁਤ ਜ਼ਿਆਦਾ ਇਹ 'ਚ ਹੈਗੀ। ਆਪਾਂ ਹੁਣ ਜਿਹੜੇ ਕਾਰਨਾਂ ਦੀ ਗੱਲ ਕਰਾਂਗੇ, ਕਾਰਨਾਂ ਤਾਂ ਦੇਖੇ ਜਾਵੇ ਤਾਂ ਇਹਦੇ ਵੈਸੇ ਹਰ ਪਰਿਵਾਰ ਦਾ ਆਪਣਾ ਆਪਣਾ ਕਾਰਨ ਆ ਅਲੱਗ ਅਲੱਗ, ਔਰ ਡਜ਼ਨਸ ਕਾਲ ਦਰਜਨਾਂ ਇਹਦੇ ਕਾਰਨ ਜਿਹੜੇ ਹੈਗੇ ਆ, ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਮੋਟੇ ਮੋਟੇ ਕਾਰਨ ਆ ਉਹਨਾਂ ਦੀ ਗੱਲ ਕਰਾਂਗੇ, ਜਿਹੜੇ ਥੋੜ੍ਹੇ ਥੋੜ੍ਹੇ ਸਾਰਿਆਂ ਨੂੰ ਟੱਚ ਕਰਦੇ ਹੈਗੇ ਆ, ਜਾਂ ਸਾਰਿਆਂ ਨੂੰ ਕਹਿ ਰਹੇ ਬਹੁਤਿਆਂ ਨੂੰ ਟੱਚ ਕਰਦੇ। ਅਤੇ ਇੱਕ ਮੈਂ ਇਹ ਦੱਸਦਿਆਂ ਵੀ ਜਿਹੜੇ ਇੱਥੇ ਬੱਚੇ ਬੋਰਨ ਹੋਏ ਹੋਏ ਆ ਉਹਨਾਂ ਦੇ ਜਿਹੜੇ ਕਾਰਨ ਆ ਉਹ ਡਿਫਰੈਂਟ ਆ ਕਾਫੀ, ਜਿਹੜੇ ਇੰਡੀਆ ਦੇ ਵਿੱਚੋਂ ਰੇਜ਼ ਹੋ ਕੇ ਬੰਦੇ ਆਏ ਆ, ਕਪਲ ਆਏ ਆ, ਉਹਨਾਂ ਦੇ ਨਾਲੋਂ ਉਹਨਾਂ ਦੀਆਂ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਆ। ਇੱਥੇ ਵਾਲੇ ਜਿਹੜੇ ਬੱਚੇ ਵਿਆਹ ਹੋ ਕੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੋਰ ਤਰ੍ਹਾਂ ਆ, ਪਰ ਆਪਾਂ ਗੱਲ ਜਿਹੜੀ ਕਰਾਂਗੇ ਉਹ ਜ਼ਿਆਦਾ ਉਹ ਹੀ ਆ ਜਿਹੜੇ ਅਸੀਂ ਇੰਡੀਆ ਦੇ ਵਿੱਚੋਂ ਪਲ ਕੇ ਜਾਂ ਪਲ ਕੇ ਰੇਜ਼ ਹੋ ਕੇ ਆਏ ਹਾਂ, ਕਿਉਂਕਿ ਸਾਨੂੰ ਸੁਣਦੇ ਜ਼ਿਆਦਾ ਹੋਈ ਆ, ਉਹ ਸਮਝਦੇ ਵੀ ਹੋਈ ਆ, ਉਹ ਦੂਜੇ ਤਾਂ ਕਈ ਵਾਰ ਪੰਜਾਬੀ ਪੂਰੀ ਸਮਝਦੇ ਵੀ ਨਹੀਂ ਹੈ। ਸੋ ਉਹਦੇ ਵਿੱਚ ਮੈਂ ਇੱਕ ਦੇਖਿਆ ਸੀਗਾ ਆ ਕੇ ਥਿਨ ਸਾਹਿਬ ਦਾ, ਮੈਂ ਤੁਹਾਨੂੰ ਕੱਲ੍ਹ ਦੀ ਗੱਲ ਦੱਸਦਾ, ਇੱਕ ਕੱਲ੍ਹ ਇੱਕ ਫਾਦਰ ਮੈਨੂੰ ਮਿਲਿਆ ਜੀ, ਅਤੇ ਉਹ ਫਾਦਰ ਕਹਿੰਦਾ ਮੇਰੇ ਦੋ ਬੱਚੇ ਆ, ਮੈਂ ਦੋਹਾਂ ਨੂੰ ਕਹਿੰਦਾ ਇਹ ਕਹਿਤਾ ਡੋਂਟ ਮੈਰੀ। ਅੱਛਾ, ਵਿਆਹ ਹੀ ਨਾ, ਫਾਦਰ ਨੇ ਕਿਹਾ ਜੀ, ਫਾਦਰ ਕਹਿੰਦਾ ਮੈਂ ਦੋਹੇ, ਇੱਕ ਬੇਟਾ ਇੱਕ ਬੇਟੀ ਆ, ਕਹਿੰਦਾ ਮੈਂ ਦੋਹਾਂ ਨੂੰ ਇਹ ਕਹਿਤਾ ਵੀ ਵਿਆਹ ਨਾ ਕਰਾਇਓ। ਕਿਉਂ? ਬਸ ਮੈਂ ਤਾਂ ਕਿਹਾ, ਕਹਿੰਦਾ ਬਸ ਵਿਆਹ ਜੇ ਸੁਖੀ ਰਹਿਣਾ ਤਾਂ ਵਿਆਹ ਨਾ ਕਰਾਇਓ, ਕਹਿੰਦਾ ਮੈਂ ਉਹਨਾਂ ਨੂੰ ਇਹ ਕਹਿਤਾ ਜਾ। ਉਹਦੀ ਆਪਦੀ ਮੈਰਿਜ ਬਹੁਤ ਦੁੱਖ ਭਰੀ, ਬਹੁਤੀ ਦੁੱਖ ਭਰੀ ਵੀ ਸੀ, ਹੈਨਾ ਸੀ ਉਹਦੀ ਜੀ, ਕਿਉਂਕਿ ਮੈਂ ਉਹਨੂੰ ਜ਼ਾਤੀ ਤੌਰ 'ਤੇ ਜਾਣਦਾ ਉਸ ਬੰਦੇ ਨੂੰ। ਅੱਛਾ। ਤਾਂ ਬਹੁਤੀ ਦੁੱਖ ਭਰੀ ਸੀ, ਪਰ ਉਹ ਕਹਿੰਦਾ ਜੀ ਜੇ ਸੁੱਖ ਦੀ ਜ਼ਿੰਦਗੀ ਲੈਣੀ ਤਾਂ ਮੈਂ ਉਹਨਾਂ ਨੂੰ ਕਹਿਤਾ ਵੀ ਵਿਆਹ ਨਾ ਕਰਾਇਓ। ਅੱਛਾ, ਤਾਂ ਮੈਂ ਇਹ ਸਮਝਦਾ ਵੀ ਜਿਹੜਾ ਵਿਆਹ ਦਾ ਇੰਸਟੀਟਿਊਸ਼ਨ ਹੈ ਤਾਂ ਹੀ ਇਹ ਜਿਹੜਾ ਹੈਗਾ ਡੀਕੇ ਹੋ ਰਿਹਾ ਜਾ ਕੇ, ਉਹਨਾਂ ਲੋਕ ਉੱਦਾਂ ਨਹੀਂ ਹੈ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ, ਚਲੋ ਹੁਣ ਉਹਨੂੰ ਦੁਹਰਾਉਣਾ ਕੀ ਹੈਗਾ ਜਾ ਕੇ। ਇੱਕ ਵਾਰ ਥਿਨ ਸਾਹਿਬ ਜੀ, ਅਸੀਂ ਪਹਿਲਾਂ ਪਹਿਲਾਂ ਆਏ ਹਾਂ, ਅਸੀਂ ਇੱਥੇ ਇੱਕ ਬਿਜ਼ਨਸ ਲਈ, ਇੱਥੇ ਕੈਮਲੂਸ ਤੋਂ ਪਰੇ ਇੱਕ ਛੋਟਾ ਜਿਹਾ ਪਿੰਡ ਹੈ, ਉਹਦੇ ਵਿੱਚ ਸੀ, ਉਹ 'ਚ ਇੱਕ ਮੋਟਲ ਸੀਗਾ। ਉਹ ਮੋਟਲ 'ਤੇ ਮੈਂ ਖੜਾ ਜੀ, ਅਤੇ ਇੱਕ ਕੋਕੇਸ਼ਨ ਕਪਲ ਆਇਆ ਕਾਫੀ ਉਮਰ ਦਾ, ਅਤੇ ਉਹਨੇ ਆ ਕੇ ਕਮਰਾ ਇੱਕ ਕਹਿੰਦੇ ਸਾਨੂੰ ਚਾਹੀਦਾ, ਮੈਂ ਉਹਨਾਂ ਨੂੰ ਕਮਰਾ ਦੇ ਦਿੱਤਾ, ਚਾਬੀ ਦੇ ਦਿੱਤੀ। ਤਾਂ ਜਦ ਨੂੰ ਇੱਕ ਯੰਗ ਮੈਨ ਆ ਵੜਿਆ ਜੀ, ਉਹ ਵੀ ਕੋਕੇਸ਼ੀਅਨ ਜੀ, ਅਤੇ ਉਹ ਗੋਰੇ ਮੈਨੂੰ ਦੱਸਣ ਲੱਗੇ ਵੀ ਅਸੀਂ ਅਗਲੇ ਸਾਲ ਪਜਾਮਾ ਮਨਾਉਣਾ, ਪੰਜਾਬੀ 50 ਈਅਰ ਐਨੀਵਰਸਰੀ ਮਨਾਉਣੀ ਆ, ਅਤੇ ਸਾਨੂੰ 50 ਸਾਲ ਹੋ ਗਏ ਹੈਗੇ ਇਕੱਠਿਆਂ ਰਹਿੰਦਿਆਂ ਨੂੰ। ਉਹ ਥਿਨ ਸਾਹਿਬ, ਉਹ ਜਿਹੜਾ ਗੋਰਾ ਮੁੰਡਾ ਸੀਗਾ 20-25 ਸਾਲਾਂ, ਉਹ ਸ਼ਾਊਟ ਕਰਕੇ ਪਿਆ ਉਹਨਾਂ ਨੂੰ, ਕਹਿੰਦਾ ਦੀ ਇਸ਼ੂ ਇਜ਼ ਨੋਟ ਹਾਓ ਲੌਂਗ ਯੂ ਆਰ ਮੈਰਿਡ, ਇਸ਼ੂ ਇਜ਼ ਹਾਓ ਹੈਪੀਲੀ ਯੂ ਆਰ ਮੈਰਿਡ। ਅੱਛਾ, ਉਹ ਕਹਿੰਦਾ ਇਹ ਮਸਲਾ, ਇਹ ਕਹਿੰਦਾ ਕੀ ਹੈ, ਰੋਜ਼ ਪੰਜਾਬੀ 'ਚ ਮੈਂ ਜਦੋਂ ਦੱਸਿਆ, ਕਹਿੰਦਾ ਰੋਜ਼ ਜੁੱਤੀ ਖੜਕਦੀ ਆ, ਔਰ ਕਹਿੰਦੇ ਸਾਨੂੰ 50 ਸਾਲ ਹੋ ਗਏ, ਇਹਦੇ 'ਚ ਕੀ ਫਨ ਆ, ਕਹਿੰਦਾ 50 ਸਾਲ ਜੀਣ ਦੇ ਵਿੱਚ। ਹੁਣ ਅੱਜ ਕੱਲ੍ਹ ਦੀ ਸੋਚ ਇੱਦਾਂ ਦੀ, ਸਾਡੀ ਜਿਹੜੀ ਸੋਚ ਸੀਗੀ ਵੀ ਚਲੋ ਕੋਈ ਨਹੀਂ, ਠੀਕ ਹੈ, ਚੱਲੀ ਜਾਂਦਾ ਕੰਮ, ਜਿਹੜਾ ਠੀਕ, ਹਾਂ ਚੱਲੀ ਜਾਂਦਾ, ਕੋਈ ਗੱਲ ਨਹੀਂ, ਜਾ ਕੇ ਜਿਹੜਾ ਹੁੰਦਾ ਜਾ ਕੇ। ਸੋ ਮੇਰਾ ਕਹਿਣ ਦਾ ਮਤਲਬ ਵੀ ਆਪਾਂ ਇਹ ਜਿਹੜੇ ਦੇਖਦੇ ਹਾਂ, ਕਿਉਂਕਿ ਸਿੰਘ ਸਾਹਿਬ ਜ਼ਿੰਦਗੀ ਜੀਣ ਦੇ ਲਈ ਸਕੂਲਾਂ ਕਾਲਜਾਂ 'ਚ ਤਾਂ ਕੋਈ ਸਿੱਖਿਆ ਮਿਲਦੀ ਨਹੀਂ ਹੈ ਜਾ ਕੇ, ਇਹ ਤਾਂ ਆਪੇ ਕਰਨੀ ਪੈਂਦੀ। ਹੁਣ ਜਿਹੜੀ ਅੱਗੇ ਵੀ ਸ਼ਾਇਦ ਮੈਂ ਇਹ ਗੱਲ ਕਹੀ ਸੀ ਜਾ ਕੇ ਵੀ ਜਿਹੜੀ ਯੂਨੀਵਰਸਿਟੀਆਂ ਦੀ ਐਜੂਕੇਸ਼ਨ ਹੈ ਉਹ ਤੁਹਾਨੂੰ ਜੋਬ ਹਾਸਲ ਕਰਨ ਦੇ ਵਿੱਚ ਤਾਂ ਕਾਫੀ ਮਦਦ ਕਰ ਦਿੰਦੀ ਹੈ, ਪਰ ਉਹ ਜ਼ਿੰਦਗੀ ਜੀਣ ਦੇ ਵਿੱਚ ਕੋਈ ਬਹੁਤੀ ਮਦਦ ਨਹੀਂ ਕਰਦੀ ਹੈ ਜਾ ਕੇ। ਪਰ ਹੁਣ ਚੰਗੀ ਗੱਲ ਹੈ ਸਰ, ਮੈਂ ਹੁਣ ਦੇਖ ਰਿਹਾ ਕਿ ਕਈ ਇਹੋ ਜਿਹੇ ਕੋਰਸਿਸ ਨੇ ਜਿਹੜੇ ਰਿਲੇਸ਼ਨਸ਼ਿਪਸ ਦੇ ਨੇ, ਉਹ ਇਸ ਵਿੱਦਿਅਕ ਢਾਂਚੇ ਦੇ ਵਿੱਚ ਜਾਂ ਇਸ ਸਿਸਟਮ ਵਿੱਚ ਪੜ੍ਹਾਏ ਜਾ ਰਿਹਾ, ਜਿੱਥੋਂ ਅਸੀਂ ਤੁਸੀਂ ਪੜ੍ਹ ਕੇ ਆਏ ਹਾਂ ਉੱਥੇ ਤਾਂ ਸਾਨੂੰ ਗੱਲਬਾਤ ਵੀ ਨਹੀਂ ਇੱਕ ਦੂਜੇ ਨਾਲ ਕਰਨ ਦੀ ਆਗਿਆ ਸੀ।
ਹਾਂ ਚਲੋ ਬਾਕੀ ਰਿਸ਼ਤੇ ਬਾਰੇ ਤੁਸੀਂ ਕੀ ਸਿੱਖਣਾ, ਚੰਗੀ ਗੱਲ ਹੈ ਜੇ ਤੁਹਾਡੇ। ਸੋ ਉਹ ਜਿਹੜੇ ਸਾਰੇ ਆਪਾਂ ਰੀਜ਼ਨ ਦੇਖੇ ਆ ਉਹਦੇ ਵਿੱਚ ਵਾਰੀ ਵਾਰੀ ਲਵਾਂਗੇ। ਹੁਣ ਪਹਿਲਾਂ ਸਭ ਤੋਂ ਮਹੱਤਵਪੂਰਨ ਕਿਹੜਾ ਹੈ, ਕਿਸੇ ਲਈ ਕੋਈ ਆ ਕਿਸੇ ਲਈ ਕੋਈ ਆ। ਹੁਣ ਮੈਂ ਥੋੜ੍ਹਾ ਜਿਹਾ ਕਿਉਂਕਿ ਕੋਰਸ ਨਾਲ ਵੀ ਸੰਬੰਧਿਤ ਹੈ, ਇਸ ਕਰਕੇ ਮੈਨੂੰ ਸਭ ਤੋਂ ਵੱਧ ਜਿਹੜੀ ਹੈਗੀ ਉਹ ਸ਼ਰਾਬ ਨੰਬਰ ਵਨ 'ਤੇ ਆਈ ਹੈ ਜੀ। ਕਾਰਨ ਇਹਦਾ, ਕਾਰਨ ਜਿਹੜਾ ਸ਼ਰਾਬ ਹੈ ਉਹ ਉਹਨਾਂ ਕੇਸ ਦਾ ਜਿਹੜੇ ਆ ਕੇ ਚਾਰਜ ਹੋ ਕੇ ਉੱਥੇ ਆਉਂਦੇ ਆ, ਉਹਨਾਂ ਦੇ ਜਿਹੜੇ ਅਸਲਟ ਦੇ ਕੇਸ ਦੇ ਵਿੱਚ ਚਾਰਜ ਆਉਂਦੇ ਆ, ਉਹਨਾਂ 'ਚ ਮੇਨ ਰੀਜ਼ਨ ਸ਼ਰਾਬ ਆ। ਅੱਛਾ, ਹੁਣ ਇੱਕ ਮੈਂ ਥੋੜ੍ਹਾ ਜਿਹਾ ਸਿੰਘ ਸਾਹਿਬ ਦੱਸ ਦੇਵਾਂ ਵੀ ਜਿਹੜੀ ਲਿਕਰ ਆ, ਜਿਹੜੀ ਸ਼ਰਾਬ ਆ, ਇਹ ਬਹੁਤ ਲੋਕ ਪੀਂਦੇ ਆ, ਬਹੁਤ ਅਗਿਣਤੀ ਉਹਨਾਂ ਦੀ ਆ ਕੇ ਜਿਹੜੀ। ਪਰ ਜਿਹੜੇ ਪੀ ਕੇ, ਜਿਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਪੀ ਕੇ ਖੋਰੂ ਪੱਟਦੇ ਆ, ਉਹ ਬਹੁਤ ਥੋੜ੍ਹੇ ਆ। ਸੋ ਤੁਸੀਂ ਸਮਝਦੇ ਵੀ ਸ਼ਰਾਬ ਇਹਦਾ ਕਾਰਨ? ਨਹੀਂ, ਮੈਂ ਸਮਝਦਾ ਸ਼ਰਾਬ ਇਹਦਾ ਕਾਰਨ ਹੈ, ਪਰ ਮੈਂ ਇੱਕ ਗੱਲ ਕਰ ਦੇਵਾਂ ਵੀ ਸਾਰੇ ਸ਼ਰਾਬ ਪੀਣ ਵਾਲੇ ਇਹਦਾ ਕਾਰਨ ਨਹੀਂ ਹੈ। ਇਹ ਗੱਲ ਨੋਟ ਕਰ ਲੈਣੀ ਚਾਹੀਦੀ ਆ ਵੀ, ਕਿਉਂਕਿ ਸ਼ਰਾਬ ਬਹੁਤ ਦੁਨੀਆ ਇਹਦੇ 'ਚ ਪੀਂਦੀ ਹੈ, ਪਰ ਸਾਰੇ ਖੋਰੂ ਪੱਟ ਕੇ ਅਸਲਟ ਦੇ ਕੇਸ ਨਹੀਂ ਕਰਦੇ ਆ, ਬੜੇ ਸੱਭਿਅ ਤਰੀਕੇ ਨਾਲ ਵੀ ਪੀਂਦੇ ਆ, ਔਰ ਪੀ ਕੇ ਜਿਹੜੇ ਹੈਗੇ ਆਪਣੀ ਜ਼ਿੰਦਗੀ ਵਧੀਆ ਉਹ ਬਿਤਾ ਰਹੇ ਆ। ਇਸ ਕਰਕੇ ਸਾਰਿਆਂ 'ਤੇ ਲਾਗੂ ਨਹੀਂ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਦੋਨੇ ਜੀ ਪੀਂਦੇ ਆ ਸ਼ਰਾਬ। ਹਾਂ, ਅਤੇ ਇਸ ਕਰਕੇ ਇਹਨੂੰ ਇੱਦਾਂ ਦੀ ਆ। ਅੱਛਾ, ਇੱਕ ਮੈਂ ਹੋਰ ਇਹ ਗੱਲ ਕਹਿਣ ਵਾਲਾ ਵੀ ਜਿਹੜੀ ਸਾਡੀ ਸੁਸਾਇਟੀ ਆ, ਸਾਡੀ ਸੁਸਾਇਟੀ ਨੇ ਸ਼ਰਾਬ ਨੂੰ ਮੋਰੈਲਿਟੀ ਨਾਲ ਜੋੜਿਆ ਆ ਵੀ ਜਿਹੜਾ ਸ਼ਰਾਬ ਪੀਂਦਾ ਉਹ ਬੰਦਾ ਚੰਗਾ ਨਹੀਂ ਹੁੰਦਾ, ਉਹਨੂੰ ਇੱਦਾਂ ਸਮਝਿਆ ਜਾਂਦਾ। ਜਿਹੜਾ ਕਿ ਜਿਹੜੀ ਇੱਥੇ ਮੇਨ ਸੁਸਾਇਟੀ ਆ, ਇਹਨੀ ਉਹਨੂੰ ਮੋਰੈਲਿਟੀ ਨਾਲ ਨਹੀਂ ਜੋੜਿਆ ਆ। ਮਤਲਬ ਇੱਥੇ ਜੇ ਤੁਸੀਂ ਸ਼ਰਾਬ ਪੀਂਦੇ ਆ, ਸ਼ਰਾਬੀ ਪੀ ਕੇ, ਉਹਨੂੰ ਇੱਦਾਂ ਨਹੀਂ ਕਹਿੰਦੇ ਜਾ ਕੇ ਵੀ ਇਹ ਸ਼ਰਾਬੀ ਆ ਵੀ ਸ਼ਰਾਬ ਪੀਂਦਾ ਜ਼ਿਆਦਾ ਜਾ, ਇੱਥੇ ਇੱਦਾਂ ਨਹੀਂ ਸਮਝਦੇ ਜਾ ਕੇ। ਇੱਥੇ ਇੱਕ ਤਾਂ ਮੇਰੇ ਖਿਆਲ ਪੀਂਦੇ ਵੀ ਥੋੜ੍ਹੀ ਹੈ ਜਾ ਕੇ, ਮੇਰੇ ਖਿਆਲ 'ਚ ਮੈਨੂੰ ਤਾਂ ਬਹੁਤਾ ਤਜਰਬਾ ਨਹੀਂ ਹੈ, ਬਹੁਤਾ ਕਿਆ ਥੋੜ੍ਹਾ ਵੀ ਨਹੀਂ ਹੈ। ਅਤੇ ਉਹ ਸਾਡੀ ਕਮਿਊਨਿਟੀ ਦੇ ਵਿੱਚ ਸ਼ਰਾਬ ਇੱਕ ਮਤਲਬ ਉਹਦਾ ਕੋਈ ਗੁਣ ਨਹੀਂ ਗਿਣਿਆ ਜਾਂਦਾ, ਕਮ ਸੇ ਕਮ ਇਹ ਗਿਣਿਆ ਜਾਂਦਾ ਵੀ ਇਖਲਾਕੀ ਇਸ਼ੂ, ਇਖਲਾਕੀ ਇਸ਼ੂ ਬਣਾਇਆ। ਹਾਂ, ਅੱਛਾ, ਤੁਸੀਂ ਵੀ ਹੁਣ ਸ਼ਰਾਬ ਨੂੰ ਕਹਿਤਾ ਵੀ ਸ਼ਰਾਬ ਇਹਦਾ ਕਾਰਨ ਹੋ ਸਕਦਾ, ਹਾਂਜੀ, ਸੋਸਾਇਟੀ ਦੇ ਵਿੱਚ ਵੀ ਸ਼ਰਾਬ ਨੂੰ ਇੱਕ ਇਖਲਾਕੀ ਇਸ਼ੂ ਬਣਾਇਆ, ਜਿਹੜੇ ਫੀਮ ਖਾਂਦੇ ਆ ਉਹ ਦੇਖੋ ਥਿੰਦ ਸਾਹਿਬ, ਮੇਰੇ ਆਪਣੇ ਖਿਆਲ ਦੇ ਵਿੱਚ ਫੀਮ ਖਾ ਕੇ ਲੋਕ ਲੜਦੇ ਨਹੀਂ ਹੈ, ਬਹੁਤਾ ਕਿ ਲੜਦੇ ਹੀ ਨਹੀਂ ਹੈ, ਝਗੜਾਲੂ ਨਹੀਂ, ਹਾਂ, ਲੜਦੇ ਝਗੜਾ ਨਹੀਂ ਕਰਦੇ ਹੈ, ਉਹ ਮਾਰ ਕੁਟਾਈ ਨਹੀਂ ਕਰਦੇ ਹੈ, ਇੱਦਾਂ ਦਾ ਨਹੀਂ ਕਰਦੇ ਹੈ, ਇਹ ਇੱਦਾਂ ਨਹੀਂ ਕਰਦੇ ਹੈ ਫੀਮ। ਜਿਹੜੇ ਹੈਗੇ ਆਪਣੇ ਸ਼ਰਾਬ ਪੀ ਕੇ ਇਹ ਗੱਲਾਂ ਹੁੰਦੀਆਂ ਜਾ ਕੇ ਜਿਹੜੀਆਂ। ਫੀਮ ਨੂੰ ਮੇਰਾ ਖਿਆਲ ਮੋਰੈਲਿਟੀ ਨਾਲ ਵੀ ਨਹੀਂ ਬਹੁਤਾ ਜੋੜਿਆ ਗਿਆ, ਕਿਉਂਕਿ ਫੀਮ ਖਾਣ ਵਾਲੇ ਬਾਦਸ਼ਾਹ ਫੀਮ ਖਾਂਦੇ ਸੀ। ਹਾਂ, ਇੰਨਾ ਨਹੀਂ ਜੋੜਿਆ ਗਿਆ, ਪਰ ਥੋੜ੍ਹਾ ਜਿਹਾ ਜੋੜਿਆ ਹੈਗਾ ਜਾ ਕੇ। ਹੁਣ ਜਿੱਦਾਂ ਫਰਜ਼ ਕਰੋ ਸਿੱਖ ਕਮਿਊਨਿਟੀ ਵੀ ਦੇਖ ਲਓ, ਸਿੱਖ ਕਮਿਊਨਿਟੀ ਦੇ ਵਿੱਚ ਸਿਗਰਟ ਨੂੰ ਜ਼ਿਆਦਾ ਜੋੜਿਆ ਗਿਆ ਸ਼ਰਾਬ ਨਾਲੋਂ। ਉਹ ਕਹਿ ਦੋ ਮੁੰਡਾ ਸ਼ਰਾਬ ਪੀਂਦਾ ਜੀ, ਤਾਂ ਮੁੰਡਾ ਸਿਗਰਟਾਂ ਪੀਂਦਾ ਤਾਂ ਉਹ ਸਮਝ ਜਾਊਗਾ ਵੀ ਜਿਹੜਾ ਸਿਗਰਟਾਂ ਪੀਂਦਾ ਉਹ ਜ਼ਿਆਦਾ ਮਤਲਬ ਨਿੰਦਨੀ ਆ ਜਿਹੜਾ ਉਹਦੇ ਨਾਲੋਂ। ਸੋ ਖੈਰ, ਇਹਦੇ ਵਿੱਚ ਜੋ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਪੰਜਾਬ ਦੇ ਵਿੱਚ ਸ਼ਰਾਬ ਪੀ ਕੇ ਆਮ ਤੌਰ 'ਤੇ ਜਿਹੜਾ ਬੰਦਾ ਜ਼ਿਆਦਾ ਸ਼ਰਾਬ ਪੀ ਕੇ ਉਹ ਸਮਾਜਿਕ ਪ੍ਰੋਬਲਮ ਪੈਦਾ ਕਰਦਾ, ਉਹ ਬਾਹਰ ਲੜਦਾ ਜ਼ਿਆਦਾ ਬਾਹਰ ਦੰਗੇ ਫਸਾਦ ਕਰਦਾ। ਇੱਥੇ ਕੈਨੇਡਾ ਦੇ ਵਿੱਚ ਖਾਸ ਤੌਰ ਇੱਥੇ ਬਾਹਰ ਨਹੀਂ ਕਰਦੇ, ਘਰ ਖੋਰੂ ਪੱਟਦਾ ਆ ਕੇ ਇਹ ਘਰ ਦੀ ਸਮੱਸਿਆ ਪੈਦਾ ਕਰਦਾ, ਬਾਹਰ ਨਹੀਂ ਬਹੁਤਾ ਲੜਦਾ ਹੈਗਾ ਸ਼ਰਾਬ ਪੀ ਕੇ, ਜਿੱਦਾਂ ਫਿਰ ਘਰ 'ਚ ਲੜਦਾ ਜ਼ਿਆਦਾ ਆ ਕੇ। ਪੰਜਾਬ ਦੇ ਵਿੱਚ ਘਰ 'ਚ ਬਹੁਤੇ ਕੇਸ ਨਹੀਂ ਆਉਂਦੇ ਹੈ, ਸ਼ਰਾਬ ਬਾਹਰ ਹੀ ਜਿਹੜੇ ਹੈਗੇ ਲੜਾਈ ਹੋ ਪਈ ਸ਼ਰਾਬ ਪੀ ਕੇ ਲੜ ਪੈ ਜਾ ਕੇ ਉਹ ਇੱਦਾਂ ਹੋਵੇ, ਇੱਥੇ ਇੱਦਾਂ ਨਹੀਂ ਹੈ ਜਾ ਕੇ। ਹੁਣ ਸਾਡੇ ਇੱਥੇ ਜਿਹੜੇ ਹੈਗੇ ਆ ਝਗੜਾ ਸ਼ੁਰੂ, ਦੇਖੋ ਇੱਕ ਜਿਸ ਵੇਲੇ ਸ਼ਰਾਬ ਵਾਲੇ ਜਿਹੜੇ ਕੇਸ ਆ ਇਹਨਾਂ ਦੇ ਵਿੱਚੋਂ 90% ਨਾਲੋਂ ਉੱਪਰ ਫਿਰ ਸੁਧਰ ਹੋ ਜਾਂਦੇ ਆ ਜੋ ਸ਼ਰਾਬ ਉਤਰ ਜਾਂਦੀ ਹੈ। ਹਾਂ, ਇਹ ਛੱਡ ਛਡਾਈ ਨਹੀਂ ਹੁੰਦੀ ਇਹਨਾਂ ਦੀ ਬਹੁਤੀ ਜਿਹੜੀ ਹੈਗੀ, ਜਿਹੜੇ ਸ਼ਰਾਬ ਵਾਲੇ ਕੇਸ ਇਹਨਾਂ ਦੀ ਛੱਡ ਛਡਾਈ ਬਹੁਤ ਘੱਟ ਹੁੰਦੀ ਆ, ਜਿਹੜੇ ਬਿਨਾਂ ਸ਼ਰਾਬ ਤੋਂ ਅਸਲਟ ਦੇ ਕੇਸ ਆ ਉਹਨਾਂ 'ਚ ਜ਼ਿਆਦਾ ਹੁੰਦੀ ਆ ਜਾ ਕੇ। ਜਿਹੜੀਆਂ ਵਿਕਟਿਮਸ ਨੇ ਉਹ ਵੀ ਕੇਸ ਵਾਪਸ ਲੈ ਲੈਂਦੀਆਂ ਬਾਅਦ 'ਚ। ਥਿੰਦ ਸਾਹਿਬ, ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਆਹ ਵੈਰੀ ਕਾਮਨ ਆ ਵੀ ਜਿਸ ਵੇਲੇ ਇੱਥੇ ਹੁੰਦਾ ਜੀ ਆਪਣੇ 911 ਕੀਤਾ, ਉਹਨੂੰ ਲੈ ਗਿਆ ਚੱਕ ਕੇ, ਸ਼ਰਾਬ ਪੀਤੀ ਹੋਈ ਉਹਨੂੰ ਜਾ ਕੇ, ਉਹ ਜਿਨ 911 ਵਿਕਟਮ ਹੈ, ਜਿਹੜਾ ਵਿਕਟਮ ਹੈ, ਵਿਕਟਮ ਦੇ ਇਹ ਆਲਮੋਸਟ ਸਾਰਿਆਂ ਦੇ ਜਾ ਕੇ, ਆਲਮੋਸਟ ਮੈਂ ਤਾਂ ਮੰਨਦਾ ਕਿਉਂਕਿ ਸਾਰਿਆਂ ਦੇ ਨਹੀਂ ਆ, ਆਲਮੋਸਟ ਉਹ ਫਿਰ ਨਹੀਂ ਨਹੀਂ ਜੀ ਇਹ ਤਾਂ ਬੰਦਾ ਬਹੁਤ ਚੰਗਾ ਆ ਜਾ ਕੇ, ਇਹ ਤਾਂ ਸ਼ਰਾਬ ਇਹ ਮਾੜੀ ਹੈ, ਇਹ ਤਾਂ ਬੰਦਾ ਮੈਨੂੰ ਬਹੁਤ ਪਿਆਰ ਕਰਦਾ, ਕਦੇ ਦੁਖੀ ਨਹੀਂ ਕੀਤਾ, ਘਰ ਵਿੱਚ ਬਹੁਤ ਹਰ ਚੀਜ਼ ਦੀ ਘਾਟ ਨਹੀਂ ਮੈਨੂੰ ਕਦੇ ਰੱਖੀ, ਉਹ ਜਦ ਉਹ 'ਤੇ ਨੋ ਗੋ ਲੱਗਦੀ ਹੈ, ਕਿਉਂਕਿ ਇਹ ਪੱਕੀ ਗੱਲ ਆ ਵੀ ਜਿਸ ਵੇਲੇ ਤੁਹਾਨੂੰ ਫੜ ਕੇ ਲਿਆ ਨੋ ਗੋ ਤਾਂ ਪਹਿਲਾਂ ਹੀ ਲੱਗਣੀ ਵੀ ਤੁਸੀਂ ਘਰ ਨਹੀਂ ਜਾ ਸਕਦੇ, ਇਹ ਪਹਿਲੀ ਸ਼ਰਤ ਹੈ, ਘਰ ਨਹੀਂ ਜਾ ਸਕਦੇ ਤੁਸੀਂ। ਅੱਛਾ, ਉਹ ਜਦ ਹੁਣ ਘਰ ਨਹੀਂ ਜਾਂਦੇ ਤਾਂ ਉਹ ਦੋਏ ਫਿਰ ਦੁਖੀ ਹੁੰਦੇ ਆ, ਉਹ ਜਿਹੜੇ ਉਹ ਤਾਂ ਦੁਖੀ ਹੁੰਦਾ ਉਹ ਗਏ ਹੋਵੇ, ਉਹ ਕਈ ਵਾਰ ਬੰਦੇ ਆ ਕੇ ਕਹੂਗੇ ਜਾ ਕੇ ਬਾਹਰ ਰਹਿਣਾ ਜੀ ਬਹੁਤ ਔਖਾ ਆ, ਚਾਹੇ ਭੈਣ ਭਰਾ ਦਾ ਘਰ ਹੋਵੇ ਪਰ ਬਹੁਤ ਔਖਾ, ਭਰਾਵਾਂ 'ਚ ਵੀ ਰਹਿਣਾ ਬਹੁਤ ਔਖਾ ਆ, ਆਪਣਾ ਹੀ ਘਰ ਠੀਕ ਹੁੰਦਾ ਜਾ ਕੇ, ਇਹ ਆਮ ਹੀ ਆ ਜਾ ਕੇ ਬੱਚਿਆਂ ਥਰੂ ਸੁਨੇਹੇ ਦੇ ਦੇ। ਹਾਂ ਜੀ, ਉਹ ਫਿਰ ਕਰਕੇ ਅੱਛਾ ਉਹਦੀ ਜਿਹੜੀ ਸ਼ਰਤ ਹੁੰਦੀ ਹੈ ਥਿੰਦੇ ਇਹ ਪਰ ਸੁਨੇਹਾ ਵੀ ਨਹੀਂ ਸਕਦੇ, ਨੋ ਕਮਿਊਨੀਕੇਸ਼ਨ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਤਰ੍ਹਾਂ ਵੀ ਹੋ ਨਹੀਂ ਸਕਦੀ ਜਦ।
ਅੱਛਾ ਉਹ ਕੀ ਹੁੰਦੇ ਜੀ ਫਿਰ ਉੱਧਰੋਂ ਉਹ ਕੀ ਕਰੂ ਉਹ ਕਈ ਪ੍ਰੋਬਲਮਾਂ ਹੋਰ ਘਰ 'ਚ ਆਉਣ ਲੱਗ ਪੈਂਦੀਆਂ ਉਹ ਨਹੀਂ ਜੀ ਇਹ ਹੁਣ ਜੀ ਮੈਂ ਕੇਸ ਵਾਪਸ ਲੈਣਾ ਅੱਛਾ ਹੁਣ ਇਹ ਕਿਸੇ ਨੂੰ ਇਹਨਾਂ ਨੂੰ ਅਜੇ ਇਹ ਪਤਾ ਨਹੀਂ ਵੀ ਕੇਸ ਤਾਂ ਜਿਹੜਾ ਪ੍ਰੋਸੀਕਿਊਟਰ ਵਾਪਸ ਲੈ ਸਕਦਾ ਤੁਸੀਂ ਕਿੱਦਾਂ ਲਉਂਗੇ ਜਾ ਕੇ ਜੀ ਅੱਛਾ ਇਹ ਮੇਰਾ ਮਤਲਬ ਕਹਿਣ ਦਾ ਬੰਦਾ ਆਮ ਆ ਵੀ ਪਹਿਲਾਂ ਇੱਦਾਂ ਹੁੰਦੀ ਆ ਫਿਰ ਜਿਹੜੇ ਹੈਗੇ ਆ ਫਿਰ ਉਹ ਜਿਸ ਵੇਲੇ ਹੋ ਜਾਂਦੀ ਆ ਵੀ ਜਾ ਕੇ ਜੀ ਉਹ 'ਤੇ ਬੈਨ ਬੂਨ ਲੱਗ ਜਾਂਦਾ ਵੀ ਨਹੀਂ ਪੀਣੀ ਉਹ 'ਤੇ ਪ੍ਰੋਬੇਸ਼ਨ ਲੱਗ ਕੇ ਚਲੋ ਹੋ ਗਿਆ ਸੈਟਲ ਹੋ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਜਿਹੜਾ ਸ਼ਰਾਬ ਵਾਲਾ ਕੇਸ ਹੈਗਾ ਆ ਪ੍ਰੋਬਲਮ ਸਾਹਿਬ ਮੈਨੂੰ ਮੇਰੇ ਤਜਰਬੇ ਦੇ ਵਿੱਚ ਪ੍ਰੋਬਲਮ ਜਿਹੜੀ ਆ ਸ਼ਰਾਬ ਉਹ ਕਰਦੀ ਆ ਜਿਸ ਵੇਲੇ ਇਹਦੀ ਮਕਦਾਰ ਵੱਧ ਜਾਂਦੀ ਹੈ ਜਦੋਂ ਤੁਸੀਂ ਜ਼ਿਆਦਾ ਪੀਂਦੇ ਆ ਉਹਦੇ ਦੀ ਪ੍ਰੋਬਲਮ ਬਣਦੀ ਆ ਜਦ ਤੁਸੀਂ ਥੋੜ੍ਹੀ ਪੀਂਦੇ ਆ ਉਹਦੇ ਦੀ ਪ੍ਰੋਬਲਮ ਨਹੀਂ ਬਣਦੀ ਹੈ ਜਾ ਕੇ ਜਾਂ ਥੋੜ੍ਹੀ ਤੋਂ ਜ਼ਿਆਦਾ ਆਲੂ ਜਾਂਦੇ ਆ ਫਿਰ ਉਹਦੀ ਬਣਦੀ ਹੈ ਜਿਹੜੇ ਅਲਕੋਹਲਿਕ ਵੀ ਨੇ ਡਾਕਟਰ ਸਾਹਿਬ ਆਪਣੇ ਪ੍ਰੋਫ ਸਾਹਿਬ ਜਿਹੜੇ ਜ਼ਿਆਦਾ ਸ਼ਰਾਬ ਪੀਂਦੇ ਉਹ ਪਹਿਲਾਂ ਥੋੜ੍ਹੀ ਤੋਂ ਹੀ ਸ਼ੁਰੂ ਕਰਦੇ ਦਰਅਸਲ ਇਹ ਐਡਿਕਸ਼ਨ ਦੀ ਟੈਂਪਰੇਚਰ ਰੈਜ਼ਿਸਟ ਨਹੀਂ ਹੁੰਦੀ ਹੈ ਟੈਂਪਰੇਚਰ ਰੈਜ਼ਿਸਟ ਨਹੀਂ ਹੁੰਦੀ ਹੈ ਸੋ ਇੱਕ ਦਾ ਕਾਰਨ ਇਹ ਹੋ ਗਿਆ ਵੀ ਸ਼ਰਾਬ ਇੱਕ ਕਾਰਨ ਇਹਦਾ ਹੈ ਦੂਸਰਾ ਕੀ ਹੈ ਅੱਛਾ ਇਹਦਾ ਮੈਂ ਥੋੜ੍ਹੇ ਜਿਹੇ ਪਹਿਲਾਂ ਇਹਦਾ ਇਹ ਦੱਸ ਦਵਾਂ ਜਾ ਕੇ ਜੀ ਜਿਹੜਾ ਤੁਸੀਂ ਕਹਿੰਦੇ ਆ ਵੀ ਇਹ ਜਿਹੜੇ ਸ਼ਰਾਬ ਪੀਣ ਵਾਲੇ ਨੇ ਜੀ ਉਹ ਜਿਹੜੇ ਉਹਨਾਂ ਦੇ ਘਰ ਵਾਲੇ ਬੰਦੇ ਆ ਉਹਨਾਂ ਨੂੰ ਮੈਂ ਇੱਕ ਥੋੜ੍ਹੀ ਜਿਹੀ ਬੜੀ ਐਲਡਰਲੀ ਸਲਾਹ ਦਿੰਦਾ ਵੀ ਜਦ ਉਹ ਸ਼ਰਾਬ ਪੀ ਕੇ ਬੋਲਦਾ ਬਾਲਦਾ ਬਹੁਤ ਹੁੰਦਾ ਨਾ ਤਾਂ ਉਰੇ ਪਰੇ ਹੋ ਜਾਇਆ ਕਰੋ ਇਹ ਦਿਮਾਗ ਦੇ ਵਿੱਚ ਰੱਖ ਲਿਆ ਕਰੋ ਵੀ ਇਹਨ ਸਵੇਰ ਨੂੰ ਇੱਦਾਂ ਨਹੀਂ ਹੋਣਾ ਵੀ ਇਹਨ ਸਵੇਰ ਨੂੰ ਇੱਦਾਂ ਦਾ ਨਹੀਂ ਹੋਣਾ ਹੈ ਔਫਕੋਰਸ ਜਦੋਂ ਤੁਹਾਡੀ ਜੇ ਤੁਹਾਡੀ ਸੁਰੱਖਿਆ ਨੂੰ ਖਤਰਾ ਆਇਆ ਤੁਹਾਡੀ ਲਾਈਫ ਨੂੰ ਖਤਰਾ ਆਇਆ ਜਾਣ ਨੂੰ ਫਿਰ ਤੁਸੀਂ ਜ਼ਰੂਰ 911 ਕਰੋ ਜਾ ਕੇ ਔਰ ਆਪਣੇ ਆਪ ਨੂੰ ਬਚਾਓ ਇਹ ਚੀਜ਼ ਵੀ ਕਹਿੰਦਾ ਪਰ ਇਹ ਦਿਮਾਗ 'ਚ ਜ਼ਰੂਰ ਰੱਖੋ ਵੀ ਇਹਨ ਸਵੇਰ ਨੂੰ ਇੱਦਾਂ ਦਾ ਨਹੀਂ ਹੋਣਾ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀ ਸ਼ਰਾਬ ਦੀ ਇੱਕੋ ਹੀ ਇਹਦਾ ਹੱਲ ਹੈਗਾ ਆ ਜਾ ਕੇ ਵੀ ਥੋੜ੍ਹੀ ਜਿਹੀ ਘਟਾ ਲਓ ਇਹਨੂੰ ਮਹਜ਼ਬ ਤਰੀਕੇ ਦੇ ਨਾਲ ਇਹਨੂੰ ਪੀ ਲਓ ਜਦੋਂ ਜ਼ਿਆਦਾ ਪੀ ਹੋਣੀ ਆ ਉਹਦੇ ਪ੍ਰੋਬਲਮ ਬਣਦੀ ਆ ਔਰ ਇਹ ਮੇਜਰ ਇਸ਼ੂ ਹੈਗਾ ਇਹ ਕੋਰਟਾਂ ਦੇ ਵਿੱਚ ਜ਼ਿਆਦਾ ਪੈਸੇ ਖਰਚਾਉਂਦੀ ਆ ਬਾਕੀ ਸਾਰਿਆਂ ਨਾਲੋਂ ਅਗਲੀ ਆ ਜਾਓ ਜੀ ਅਗਲਾ ਕਾਰਨ ਜਿਹੜਾ ਹੈਗਾ ਉਹ ਮੈਂ ਰੱਖਦਾ ਹੈਗਾ ਜੀ ਐਂਗਰ ਨੂੰ ਗੁੱਸੇ ਨੂੰ ਜਿਹੜਾ ਗੁੱਸਾ ਆ ਇਹ ਕੰਟਰੋਲ ਨਹੀਂ ਹੁੰਦਾ ਹੁਣ ਇਹਦੇ 'ਚ ਇੱਕ ਫਰਕ ਹੈ ਦਿਨ ਸਰ ਗੁੱਸੇ ਨੂੰ ਆਪਾਂ ਹਟਾ ਨਹੀਂ ਸਕਦੇ ਕਿਉਂਕਿ ਗੁੱਸਾ ਇੱਕ ਇੰਸਟਿੰਕਟ ਆ ਇਹ ਫਿਤਰਤ ਆ ਨੈਚੁਰਲ ਆ ਹਰ ਬੰਦੇ ਦੇ ਅੰਦਰ ਆ ਪਰ ਮੈਨੇਜ ਤਾਂ ਕੀਤਾ ਜਾ ਸਕਦਾ ਮੈਨੇਜ ਕੀਤਾ ਜਾ ਸਕਦਾ ਐਂਗਰ ਮੈਨੇਜਮੈਂਟ ਦੇ ਕੋਰਸਿਸ ਚੱਲਦੇ ਆ ਮੈਨੇਜ ਕੀਤਾ ਜਾ ਸਕਦਾ ਇਹਦਾ ਮੈਂ ਜੋ ਫਰਕ ਦੱਸਣ ਲੱਗਾ ਸੀ ਇਹ ਆ ਵੀ ਇਹ ਹੈਗੀ ਆ ਫਿਤਰਤ ਜੀ ਇਹ ਹਰ ਬੰਦੇ ਦੇ ਅੰਦਰ ਆ ਸ਼ਰਾਬ ਫਿਤਰਤ ਨਹੀਂ ਹੈ ਸ਼ਰਾਬ ਇੱਕ ਹੈਬਿਟ ਆ ਸ਼ਰਾਬ ਆਦਤ ਆ ਤੁਹਾਨੂੰ ਤੁਸੀਂ ਜਿਹੜੀ ਪਾ ਲਈ ਆ ਉਹ ਤੁਸੀਂ ਛੱਡ ਸਕਦੇ ਜਾ ਕੇ ਠੀਕ ਹੈ ਇਹ ਜਿਹੜਾ ਗੁੱਸਾ ਆ ਇਹਦੇ 'ਚੋਂ ਤੁਸੀਂ ਪੂਰਨ ਤੌਰ 'ਤੇ ਨਹੀਂ ਨਿਕਲ ਸਕਦੇ ਹੈ ਕਿਉਂਕਿ ਇਹ ਤੁਹਾਡੀ ਫਿਤਰਤ ਹੈ ਨੈਚੁਰਲ ਹੈ ਇੰਸਟਿੰਕਟ ਆ ਹੁਣ ਵਰੀ ਆ ਉਹ 'ਚੋਂ ਤੁਸੀਂ ਪੂਰਨ ਤੌਰ 'ਤੇ ਨਹੀਂ ਨਿਕਲ ਸਕਦੇ ਫੀਅਰ ਆ ਤੁਸੀਂ ਪੂਰਨ ਤੌਰ 'ਤੇ ਨਹੀਂ ਨਿਕਲ ਸਕਦੇ ਕਿਉਂਕਿ ਇਹ ਫਿਤਰਤ ਹੈ ਠੀਕ ਹੈ ਨਾ ਜਿਹੜੀ ਸ਼ਰਾਬ ਦੀ ਤੁਸੀਂ ਵੈਸੇ ਗੱਲ ਕੀਤੀ ਹੈ ਨਾ ਹਾਂਜੀ ਉਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਟ੍ਰੈਡੀਸ਼ਨਲੀ ਜਿਹੜੇ ਪੁਰਸ਼ ਨੇ ਉਹ ਸ਼ਰਾਬ ਪੀਂਦੇ ਰਹੇ ਆ ਹਾਂਜੀ ਔਰ ਲੜਾਈ ਝਗੜੇ ਕਰਦੇ ਰਹੇ ਆ ਪਰ ਹੁਣ ਵੈਸੇ ਬਦਲ ਗਿਆ ਉਹ ਲੋਕ ਜਿਹੜੇ ਟ੍ਰੈਡੀਸ਼ਨਲ ਲੋਕ ਵੀ ਸੀ ਨਾ ਹੁਣ ਭੰਗ ਪੀਣ ਲੱਗ ਪਏ ਆ ਭੰਗ ਦੇ ਪ੍ਰੋਡਕਟਸ ਹੋਰ ਆ ਗਏ ਆ ਹੋਰ ਕਈ ਕਿਸਮ ਦੀਆਂ ਗੋਲੀਆਂ ਖਾਣ ਲੱਗ ਪਏ ਆ ਅਫੀਮ ਆਮ ਮਿਲਦੀ ਆ ਅਫੀਮ ਖਾਈ ਜਾਂਦੇ ਲੋਕ ਸੋ ਇਸ ਤਰ੍ਹਾਂ ਦੇ ਨਸ਼ੇ ਹੁਣ ਕਰਨ ਲੱਗ ਪਏ ਇਹਨਾਂ ਨਸ਼ਿਆਂ ਦੇ ਵਿੱਚ ਭੜਕਦਾ ਨਹੀਂ ਬੰਦਾ ਭੜਕਦਾ ਨਹੀਂ ਜਿਵੇਂ ਸ਼ਰਾਬ ਭੜਕਾ ਦਿੰਦੀ ਹੈ ਨਾ ਇੱਕ ਦਮ ਜਿਹਦੇ ਤਾਂ ਹੀ ਨਾ ਫੈਮਿਲੀ ਪ੍ਰੋਬਲਮ ਜਿਹੜੀ ਕ੍ਰੀਏਟ ਕਰਦੀ ਆ ਇਹ ਨਸ਼ਾ ਕਰਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਗੋਂ ਜਿਹੜੀ ਅਫੀਮ ਖਾਣ ਵਾਲੇ ਆ ਉਹ ਤਾਂ ਬੜੇ ਪ੍ਰੇਮ ਦੇ ਮੂਡ 'ਚ ਆ ਜਾਂਦਾ ਹਾਂ ਇਸ ਕਰਕੇ ਉਹ ਤਾਂ ਹੀ ਇਹ ਆ ਵੀ ਇਹ ਰੀਜ਼ਨ ਬਣਦਾ ਦੂਜੇ ਉਹਨਾਂ ਰੀਜ਼ਨ ਚਲੋ ਹੁਣ ਆਪਾਂ ਐਂਗਰ ਡਿਸਕਸ ਕਰ ਰਹੇ ਜੀ ਹੁਣ ਐਂਗਰ ਜਿਹੜਾ ਹੈਗਾ ਜੀ ਕਈ ਤਾਂ ਬੰਦੇ ਕਹਿੰਦੇ ਆ ਜੀ ਵੀ ਗੁੱਸੇ ਨੂੰ ਇੱਦਾਂ ਵੀ ਕੰਟਰੋਲ ਕਰ ਲਓ ਵੀ ਤੁਸੀਂ ਦੂਜੇ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਕਿਉਂ ਦਿੰਦੇ ਆ ਗਲਤੀ ਦੂਜਾ ਕਰਦਾ ਆ ਬਲੱਡ ਪ੍ਰੈਸ਼ਰ ਤੁਸੀਂ ਆਪਣਾ ਵਧਾ ਲੈਂਦੇ ਆ ਜਾ ਕੇ ਤੁਸੀਂ ਆਪ ਸੋਚਦੇ ਸਰੀਰ ਕੰਬਣ ਲੱਗ ਪੈਂਦਾ ਤੁਹਾਨੂੰ ਮੁੱਕੇ ਵੱਟਦੇ ਆ ਦੰਦ ਪੀਸਦੇ ਆ ਤੁਸੀਂ ਜਾ ਕੇ ਐਂ ਕਰ ਦੇਣਾ ਮੈਂ ਇਹਨੂੰ ਐਂ ਕਰ ਦੇਣਾ ਮੈਂ ਇਹਨੂੰ ਕਰ ਦੇਣਾ ਆਪਣੇ ਕੰਢੇ ਫੂਕੀ ਜਾਂਦੇ ਆਪਣੇ ਗਲਤੀ ਕੋਈ ਕਰਦਾ ਤੁਸੀਂ ਇਹ ਕਰੀ ਜਾਂਦੇ ਅੱਛਾ ਇੱਕ ਇਹ ਵੀ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੈਂ ਇਹ ਸਮਝਦਾ ਹੁੰਦਾ ਮੈਂ ਆਖੇ ਮੈਨੂੰ ਇੱਦਾਂ ਇੱਕ ਵਾਰ ਭੜਕਾਇਆ ਕਿਸੇ ਨੇ ਮੈਂ ਆਖੇ ਉਹਨੂੰ ਇਹ ਗਿਆ ਵੀ ਤੇਰੇ 'ਚ ਇੰਨੀ ਪਾਵਰ ਨਹੀਂ ਹੈ ਵੀ ਮੈਨੂੰ ਭੜਕਾ ਦੇਵੇ ਯੂ ਆਰ ਨੋਟ ਦੈਟ ਸਟਰੋਂਗ ਮੈਂ ਇੰਨਾ ਕਮਜ਼ੋਰ ਨਹੀਂ ਹੈ ਵੀ ਤੂੰ ਮੈਨੂੰ ਜਿਹੜਾ ਹੈਗਾ ਮੇਰਾ ਬਲੱਡ ਪ੍ਰੈਸ਼ਰ ਕਰਾ ਦੂੰਗਾ ਜਾ ਕੇ ਜੋ ਕਹਿਣਾ ਕਹਿ ਲਾ ਤੂੰ ਜਾ ਕੇ ਅੱਛਾ ਹੁਣ ਇਹਦੀ ਵੀ ਸ਼ਰਾਬ ਨਾ ਇੱਕ ਗੱਲ ਮਿਲਦੀ ਜੁਲਦੀ ਹੈ ਇਹਦੇ ਨਾਲ ਵੀ ਇਹਦਾ ਸ਼ਰਾਬ ਇੱਦਾਂ ਦੀ ਮਿਲਦੀ ਜੁਲਦੀ ਹੈ ਵੀ ਉਹ ਅੱਗੇ ਵੀ ਮੇਰੇ ਖਿਆਲ ਆਪਾਂ ਇੱਕ ਵਾਰ ਗੱਲ ਕੀਤੀ ਸੀ ਮਹਾਤਮਾ ਬੁੱਧ ਨੂੰ ਇੱਕ ਬੰਦਾ ਗਾਲਾਂ ਕੱਢਣ ਲੱਗ ਪਿਆ ਮਹਾਤਮਾ ਬੁੱਧ ਨੂੰ ਗਾਲਾਂ ਕੱਢਣ ਲੱਗ ਪਿਆ ਅਤੇ ਮਹਾਤਮਾ ਬੁੱਧ ਦੇ ਚੇਲੇ ਜਿਹੜੇ ਸੀਗੇ ਉਹਨੇ ਕਿਹਾ ਵੀ ਜੇ ਵੀ ਇਹਨੂੰ ਕਰੀਏ ਸਿੱਧਾ ਕਰਦੇ ਇਹਨੂੰ ਕਰ ਦਿੰਦੇ ਠੀਕ ਮਹਾਤਮਾ ਬੁੱਧ ਕਹਿੰਦੇ ਨਹੀਂ ਨਹੀਂ ਇੱਦਾਂ ਇੱਦਾਂ ਨਹੀਂ ਹੈ ਇਹ ਆਪਣੇ ਰੀਅਲ ਸੈਲਫ 'ਚ ਨਹੀਂ ਹੈ ਜਾ ਕੇ ਇਹਨੇ ਇੱਦਾਂ ਦਾ ਰਹਿਣਾ ਨਹੀਂ
ਉਹ ਕਹਿੰਦੇ ਇੱਦਾਂ ਦਾ ਰਹਿਣਾ ਨਹੀਂ ਹੈ, ਇਹ ਹੁਣ ਇੱਦਾਂ ਹੀ ਆ, ਇਹ ਇਹਦਾ ਜਿਸ ਵੇਲੇ ਉੱਤਰ ਜਾਣਾ ਗੁੱਸੇ ਵਾਲਾ ਜਿਹੜਾ ਹੈਗਾ ਸੁਭਾਅ, ਫਿਰ ਇਹਨਾਂ ਹੋਰ ਤਰ੍ਹਾਂ ਉਹ ਐਗਜੈਕਟਲੀ ਕਹਿੰਦੇ ਹੋ, ਦੂਜੇ ਦਿਨ ਉਹ ਬੰਦਾ ਆ ਕੇ ਬੜਾ ਮਾਫੀਆਂ ਮੰਗੇ ਜਿਵੇਂ ਮਹਾਰਾਜ ਮੇਰੇ ਤੋਂ ਇੱਦਾਂ ਹੋ ਗਏ, ਇੱਦਾਂ ਹੋ ਗਏ। ਸੋ ਇਹ ਵੀ ਜਿੱਦਾਂ ਮੈਂ ਸ਼ਰਾਬੀਆਂ ਦਾ ਕਿਹਾ ਨਾ, ਵੀ ਇਹਦਾ ਖਿਆਲ ਰੱਖਿਓ, ਸਵੇਰ ਨੂੰ ਇੱਦਾਂ ਦਾ ਨਹੀਂ ਰਹਿਣਾ, ਐਂਗਰ ਦਾ ਵੀ ਭੂਤੀ ਪੰਗਾ ਚੜ੍ਹ ਜਾਂਦਾ, ਐਂਗਰ ਦਾ ਵੀ ਜਿਹੜਾ ਹੈਗਾ ਉੱਤਰ ਜਾਂਦਾ ਆ, ਉਹ ਫਿਰ ਦੂਜੀ ਤਰ੍ਹਾਂ ਇੱਦਾਂ ਰਹਿੰਦਾ ਨਹੀਂ ਹੈ। ਪਰ ਇਹ ਔਖਾ ਬੜਾ, ਕਿਉਂਕਿ ਉਹ ਤੁਸੀਂ ਉਸ ਵੇਲੇ ਗੁੱਸੇ ਦੇ ਵਿੱਚ ਬਹੁਤ ਹੁੰਦੇ ਹੋ ਔਰ ਤੁਹਾਡੀ ਫਿਤਰਤ ਹੈਗੀ ਜਾ ਕੇ। ਅੱਛਾ, ਉਹਦੇ ਨਾਲ ਜਾ ਕੇ ਜੀ ਸਿੰਧਾ, ਮੈਂ ਦੱਸਦਾ ਤੁਹਾਨੂੰ, ਮੈਂ ਹੁਣ ਤੁਹਾਨੂੰ ਆਪਣਾ ਦੱਸਦਾ, ਤੁਹਾਨੂੰ ਵੀ ਆਉਂਦਾ ਗੁੱਸਾ? ਮੈਨੂੰ ਗੁੱਸਾ ਹੁਣ ਬਹੁਤ ਘੱਟ ਆਉਂਦਾ ਜੀ। ਅੱਛਾ, ਹੁਣ ਬਹੁਤ ਘੱਟ ਆਉਂਦਾ ਗੁੱਸਾ ਜੀ ਹੁਣ। ਅੱਛਾ, ਮੈਂ ਹੁਣ ਜਦ ਪਿੱਛੇ ਜਿਹਾ ਕੰਟਰੋਲ ਕੀਤਾ, ਮੈਂ ਉਸ ਵੇਲੇ ਜਿਸ ਵੇਲੇ ਕੋਈ ਗੱਲ ਇੱਦਾਂ ਦੀ ਪ੍ਰੋਵੋਕੇਸ਼ਨ ਹੁੰਦੀ ਸੀ ਨਾ ਜੀ, ਫਿਰ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਹੁੰਦਾ ਸੀਗਾ ਜਾ ਕੇ, ਬੇਬੇ ਤੇਰੀ ਹੁਣ ਅਜ਼ਮਾਇਸ਼ ਦਾ ਟਾਈਮ ਆ, ਹੁਣ ਤੇਰਾ ਟੈਸਟ ਹੋ ਰਿਹਾ, ਹੁਣ ਤੂੰ ਦੇਖਦਾ ਕਿੰਨਾ ਕੁ ਤੂੰ ਇਹਦੇ 'ਤੇ ਪੂਰਾ ਉਤਰਦਾ ਕਿ ਨਹੀਂ ਉਤਰਦਾ। ਜੇ ਤਾਂ ਭੜਕ ਗਿਆ ਤੂੰ ਤਾਂ ਇਹਦਾ ਮਤਲਬ ਫਿਰ ਤੂੰ ਇਹ 'ਚ ਉਤਰਿਆ। ਮੈਂ ਇੱਦਾਂ ਆਪਣੇ ਆਪ ਨੂੰ ਜਿੱਦਾਂ ਕਹਿ ਲਓ ਟ੍ਰੇਨ ਕੀਤਾ, ਇੱਦਾਂ ਆਪਣੇ ਆਪ ਨੂੰ ਕੀਤਾ ਵੀ ਹੁਣ ਟੈਸਟ ਦੇ ਵਿੱਚ ਉਹ ਪੂਰਾ ਉਤਰ, ਔਰ ਜਿਹੜਾ ਹੈਗਾ ਇਹ ਜਿਹੜਾ ਪੀਜ਼ਾ ਵਿੱਚੇ ਵਿੱਚ, ਹਾਂ ਵਿੱਚੇ ਵਿੱਚ ਪੀਜ਼ਾ, ਮੈਨੂੰ ਪਤਾ ਵੀ ਆਪਣੇ ਜਿਹੜੇ ਮੇਰੇ ਨਾਲ ਬੰਦੇ ਸੰਬੰਧਿਤ ਆ ਉਹ ਗੱਲ ਇਸ ਵੇਲੇ ਸੁਣ ਰਹੇ ਆ, ਔਰ ਉਹ ਮੇਰਾ ਖਿਆਲ ਇਸ ਗੱਲ ਦੀ ਗਵਾਹੀ ਦਊਗੇ ਵੀ ਠੀਕ ਹੈ ਇਹ ਜੋ ਇਹ ਕਹਿ ਰਿਹਾ ਠੀਕ ਕਹਿ ਰਿਹਾ ਸੀ। ਅਤੇ ਅਗਲੀ ਗੱਲ ਗੁੱਸੇ ਦੀ, ਜਿਸ ਵੇਲੇ ਕੋਈ ਕ੍ਰੋਧ ਹੁੰਦਾ ਜੀ, ਇਹ ਗੱਲ ਦਿਮਾਗ 'ਚ ਜ਼ਰੂਰ ਰੱਖਣੀ ਚਾਹੀਦੀ ਹੈ ਜਦੋਂ ਗੱਲ ਸ਼ੁਰੂ ਹੁੰਦੀ ਹੈ। ਦੇਖੋ ਗੁੱਸਾ ਛੱਡਣ ਤਾਂ ਹੁੰਦਾ ਨਹੀਂ ਹੈ ਜੀ ਅੱਗੇ, ਕਿ ਉਹ ਪਹਿਲਾਂ ਗੱਲ ਸ਼ੁਰੂ ਹੁੰਦੀ ਹੈ, ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਭੜਕਦੀ ਹੈ। ਹੁਣ ਜਿਹੜੇ ਤਾਂ ਬੰਦੇ ਥਿੰਦ ਸਾਹਿਬ ਇਹਦਾ ਥੋੜ੍ਹਾ ਸਮਝ ਰੱਖਦੇ ਆ, ਉਹ ਤਾਂ ਜਿਸ ਵੇਲੇ ਆਰਗੂਮੈਂਟ ਸ਼ੁਰੂ ਹੁੰਦਾ ਉਸ ਵੇਲੇ ਇਹ ਸਮਝ ਲੈਣ ਜਾ ਕੇ ਵੀ ਆਹ ਜਿਹੜਾ ਆਰਗੂਮੈਂਟ ਆ ਇਹ ਹੁਣ ਵੱਧ ਜਾਣਾ, ਇਹ ਵੱਧ ਜਾਣਾ, ਇਸ ਕਰਕੇ ਇਹਨੂੰ ਹੁਣ ਇੱਥੇ ਬੰਦ ਕਰ ਦਈਏ। ਕਿਉਂਕਿ ਜਿਸ ਵੇਲੇ ਆਰਗੂਮੈਂਟ ਅਗਲੀ ਸਟੇਜ 'ਤੇ ਚਲੇ ਜਾਂਦੇ ਆ ਫਿਰ ਉਹ ਰੋਕ ਨਹੀਂ ਹੁੰਦੇ, ਕਿਉਂਕਿ ਫਿਰ ਉਹ 'ਚ ਈਗੋ ਆ ਵੜਦੀ ਆ, ਮੈਂ ਪਿੱਛੇ ਕਿਉਂ ਹਟਾਂ, ਮੇਰਿਆਂ ਕਿਉਂ ਪਿੱਛੇ ਹਟਾਂ। ਜਿਸ ਵੇਲੇ ਉਹ ਅਰਲੀ ਸਟੇਜ ਹੁੰਦੀ ਆ, ਅਰਲੀ ਸਟੇਜ 'ਤੇ ਬਹੁਤਾ ਨਹੀਂ ਔਖਾ ਹੁੰਦਾ, ਉਸ ਵੇਲੇ ਗੱਲ ਬੰਦ ਕਰ ਲਿਓ ਜਾਂ ਕਹਿ ਦਿਓ ਵੀ ਨਹੀਂ ਨਹੀਂ ਭਾਈ। ਅਤੇ ਇੱਕ ਇਹ ਗੱਲ ਜ਼ਰੂਰ ਖਿਆਲ 'ਚ ਰੱਖਣੀ ਚਾਹੀਦੀ ਆ ਵੀ ਜਦੋਂ ਵੀ ਤੁਹਾਡਾ ਆਰਗੂਮੈਂਟ ਹੁੰਦਾ ਜਿਹੜਾ ਕਿ ਗੁੱਸੇ ਵੱਲ ਨੂੰ ਜਾਣਾ, ਇਹ ਰੱਖਿਆ ਵੀ ਇਹਦੀ ਗੱਲ ਠੀਕ ਵੀ ਹੋ ਸਕਦੀ ਹੈ ਜਿੰਨਾ ਤੁਸੀਂ ਆਰਗੂ ਕਰਦੇ ਆ, ਕਿਉਂਕਿ ਆਰਗੂਮੈਂਟ 'ਚ ਗੁੱਸਾ ਆਉਣਾ ਜੀ, ਆਰਗੂਮੈਂਟ 'ਚ ਇਹ ਗੱਲ ਜ਼ਰੂਰ ਰੱਖਣੀ ਚਾਹੀਦੀ ਵੀ ਇਹਦੀ ਗੱਲ ਜਿਹੜੀ ਹੈਗੀ ਠੀਕ ਵੀ ਹੋ ਸਕਦੀ ਹੈ, ਸਾਰੀ ਨਹੀਂ ਤਾਂ ਅੱਧੀ ਠੀਕ, ਹਾਂ ਅੱਧੀ ਕਿਸਮ ਦੀ ਠੀਕ ਹੋ ਸਕਦੀ ਆ। ਜੇ ਬਾਕੀ ਜਿਹੜੀ ਦੂਜੀ ਗੱਲ ਕਹੀ ਜਾਂਦੀ ਹੈ ਵੀ ਜੇ ਭੜਕਾਹਟ ਹੋਣ ਦੇ ਬਾਵਜੂਦ ਵੀ ਤੁਸੀਂ ਸਾਇਲੈਂਟ ਰਹਿ ਸਕੋ, ਚੁੱਪ ਰਹਿ ਸਕੋ, ਤੁਹਾਡੇ 'ਚ ਇੰਨੀ ਸ਼ਕਤੀ ਹੈਗੀ ਆ ਵੀ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਜੇ ਤੁਸੀਂ ਮੂਹਰਿਓਂ ਬੋਲਣਾ ਨਹੀਂ ਹੈ ਫਿਰ ਜਿਹੜਾ ਹੈਗਾ ਆ ਜਿੱਦਾਂ ਉਹ ਕਹਿੰਦੇ ਹੁੰਦੇ ਸਾਇਲੈਂਸ ਇਜ਼ ਦ ਸਟਰੋਂਗੈਸਟ ਆਰਗੂਮੈਂਟ ਇਨ ਏ ਡਿਸਕਸ਼ਨ, ਠੀਕ ਹੈ। ਕਿਸੇ ਹੱਦ ਤੱਕ ਤੁਹਾਡੀ ਇਹ ਗੱਲ ਠੀਕ ਹੈ ਇਸ ਨੂੰ ਜਿਹੜੀ ਮਾਰਕੁੱਟ ਨੂੰ ਅਵੋਇਡ ਕਰਨ ਲਈ। ਪ੍ਰੋਫੈਸਰ, ਜਿਹੜੇ ਲੋਕ ਵੀ ਗੁੱਸਾ ਅੰਦਰੋਂ ਅੰਦਰ ਪੀਂਦੇ ਰਹੇ, ਭਾਵੇਂ ਉਹ ਔਰਤ ਸੀ ਜਾਂ ਮਰਦ ਸੀ, ਇਵੈਂਚੁਅਲੀ ਉਹ ਕੁੜੱਤਣ ਐਸੀ ਬਣ ਗਈ ਕਿ ਅੰਦਰ ਖੁੰਦਕਬਾਜ਼ੀ ਪੈਦਾ ਹੋ ਗਈ, ਉਹ ਨਫ਼ਰਤ ਨੂੰ ਜਨਮ ਦੇ ਦਿੰਦੀ, ਇਵੈਂਚੁਅਲੀ ਇਨ ਦਾ ਲੌਂਗ ਰਨ ਦੂਜੇ ਪ੍ਰਤੀ ਨਫ਼ਰਤ ਨੂੰ ਜਨਮ ਦੇਣ ਲੱਗ ਪੈਂਦੀ ਹੈ, ਫਿਰ ਉਹ ਰਿਲੇਸ਼ਨਸ਼ਿਪ ਨਾ ਟੁੱਟਦਾ ਨਾ ਉਹ ਰਹਿੰਦਾ, ਉਹਦੇ ਵਿੱਚ ਕੋਈ ਐਸੀ ਸ਼ਸ਼ੋ ਪੰਜ ਪੈਦਾ ਹੋ ਜਾਂਦੀ ਹੈ ਜਿਹੜੀਆਂ ਕਈਆਂ ਹੋਈਆਂ ਗੱਲਾਂ ਬਹੁਤ ਸਾਰੇ ਲੋਕ ਭੁੱਲਦੇ ਨਹੀਂ, ਖਾਸ ਤੌਰ 'ਤੇ ਔਰਤਾਂ ਦੀ ਫਾਈਲਿੰਗ ਸਿਸਟਮ ਹੈ ਜਿਹੜੀ ਉਹ ਬਹੁਤ ਵਧੀਆ। ਦੇਖੋ ਉਹ ਫਿਰ ਫਾਈਲ ਇਹੋ ਜਿਹੀ ਬਣਦੀ ਹੈ ਵੀ ਉਹ ਗੱਲਾਂ ਤੁਸੀਂ ਕਹਿੰਦੇ ਰਹਿੰਦੇ ਹੋ, ਬੇਸ਼ੱਕ ਉਹ ਨਹੀਂ ਵੀ ਬੋਲਦੀ ਤਾਂ ਵੀ ਉਹਦੇ ਮਨ ਦੇ ਵਿੱਚ ਇੱਕ ਐਸੀ ਨਫ਼ਰਤ ਦੀ ਦੀਵਾਰ ਪੈਦਾ ਹੋ ਜਾਂਦੀ ਹੈ ਜਿਹੜੀ ਇਵਨ ਦਾ ਲੌਂਗ ਰਨ, ਉਦੋਂ ਤਾਂ ਨਹੀਂ ਭੜਕ ਹੋਈ, ਉਦੋਂ ਪੁਲਿਸ ਤਾਂ ਨਹੀਂ ਆਈ, 911 ਵੀ ਨਹੀਂ ਹੋਇਆ, ਕੁਛ ਨਹੀਂ ਹੋਇਆ। ਦੂਜੀ ਗੱਲ ਸਾਹਿਬ ਇਹ ਆ ਵੀ ਜਿਹੜੇ ਤੁਸੀਂ ਦੋ ਫੈਕਟਰ ਦੱਸਿਆ, ਸ਼ਰਾਬ ਦਾ ਅਤੇ ਐਂਗਰ ਦਾ, ਇਹ ਜੇ ਤਾਂ ਇਕੱਲੇ ਇਕੱਲੇ ਆ ਤੁਸੀਂ ਇਹਨੂੰ ਹੈਂਡਲ ਕਰ ਸਕਦੇ ਹੋ, ਆਮ ਤੌਰ 'ਤੇ ਇਹਨਾਂ ਦਾ ਕੰਬੀਨੇਸ਼ਨ ਆ। ਜਿਹੜੇ ਲੋਕ ਸ਼ਰਾਬ ਪੀ ਕੇ ਫਿਰ ਗੁੱਸੇ 'ਚ ਆਉਂਦੇ ਆ, ਫਿਰ ਉਦੋਂ ਇਹ ਬਿਲਕੁਲ ਮਸਾਲਾ ਉਸੇ ਤਰ੍ਹਾਂ ਬਣ ਜਾਂਦਾ ਜਿਵੇਂ ਬਲਦੀ 'ਤੇ ਤੇਲ ਪੈ ਗਿਆ ਹੋਵੇ, ਔਰ ਉਦੋਂ ਮੇਰਾ ਖਿਆਲ ਆ ਇਹਦੇ ਨਤੀਜੇ ਜ਼ਿਆਦਾ ਖਤਰਨਾਕ ਨਿਕਲਦੇ, ਜਦੋਂ ਸ਼ਰਾਬੀ ਨੂੰ ਗੁੱਸਾ ਆ ਜਾਵੇ ਜਾਂ ਗੁੱਸੇ ਆਉਣ ਤੋਂ ਬਾਅਦ ਸ਼ਰਾਬ ਪੀਣੀ ਸ਼ੁਰੂ ਕਰ ਦੇਵੇ। ਉਹ ਗੁੱਸੇ ਆਉਣ ਤੋਂ ਬਾਅਦ ਘੱਟ ਪੀਂਦੇ, ਸ਼ਰਾਬੀ ਨੂੰ ਗੁੱਸੇ ਜ਼ਿਆਦਾ ਆਉਂਦਾ, ਸ਼ਰਾਬੀ ਨੂੰ ਗੁੱਸਾ ਜ਼ਿਆਦਾ ਆਉਂਦਾ, ਸ਼ਰਾਬੀ ਨੇ ਪ੍ਰੋਬਲਮ ਉਦੋਂ ਹੀ ਕਰਨੀ ਜਦੋਂ ਉਹਨੂੰ ਗੁੱਸਾ ਆਉਣਾ। ਉਹਦਾ ਕਈ ਤਾਂ ਸ਼ਰਾਬੀ ਐਸੇ ਵੀ ਆ ਮੇਰਾ ਪੁੱਤ ਆ ਮੇਰਾ ਪੁੱਤ ਇੱਦਾਂ ਦੇ ਕਰੀ ਜਾਂਦੇ ਜਾ ਕੇ। ਜੀ ਜੀ, ਸੱਚ ਦਾ ਤਾਂ ਕੋਈ ਸ਼ਰਾਬ ਨਾਲ ਬਹੁਤਾ ਤਲਕ ਹੈ ਨਹੀਂ ਮੇਰਾ ਖਿਆਲ। ਉੱਦਾਂ ਇਹ ਹੋ ਸਕਦਾ ਵੀ ਜਿਹੜੀ ਗੱਲ ਉਹਦੇ ਮਨ ਦੇ ਵਿੱਚ ਉੱਦਾਂ ਸਧਾਰਨ ਤੌਰ 'ਤੇ ਡਰਦਾ ਨਾ ਕਹਿ ਸਕਦਾ ਹੋਵੇ, ਉਹ ਥੋੜ੍ਹੀ ਜਿਹੀ ਜੀਦਾਰੀ ਆ ਜਾਂਦੀ ਹੈ ਥੋੜ੍ਹਾ ਜਿਹਾ। ਪਰ ਜਿਹੜੀ ਗੱਲ ਮੈਂ ਮੁਕੰਮਲ ਕਰ ਲਵਾਂ ਵੀ ਸ਼ਰਾਬ ਅਤੇ ਐਂਗਰ ਦਾ ਜਿਹੜਾ ਇਕੱਠਾ ਮਿਸ਼ਰਣ ਹੈ ਉਹ ਕਿਸ ਤਰ੍ਹਾਂ ਨੁਕਸਾਨ ਪਹੁੰਚਾਉਂਦਾ, ਵੈਸੇ ਇਹ ਗੋਰਿਆਂ ਦੀ ਇੱਕ ਕਹਾਵਤ ਹੈ ਵੀ ਲੈਟ ਸਲੀਪ ਔਨ ਇਟ। ਜੇ ਕਿਤੇ ਇਹੋ ਜਿਹੀ ਸਿਚੁਏਸ਼ਨ ਪੈਦਾ ਹੋ ਜਾਏ ਤਾਂ ਉਦੋਂ ਫੋਨ ਚੱਕਣਾ ਜਾਂ ਕਿਸੇ ਨੂੰ ਟੈਕਸਟ ਭੇਜਣਾ ਜਾਂ ਕਿਸੇ ਨੂੰ ਕੋਈ ਹੋਰ ਮੈਸੇਜ ਭੇਜਣਾ ਜਾਂ ਫੇਸਬੁੱਕ 'ਤੇ ਜਾਣਾ, ਉਦੋਂ ਬਹੁਤ ਮਾੜੀ ਗੱਲ ਆ।
ਉਸ ਵੇਲੇ ਨਹੀਂ, ਉਸ ਵੇਲੇ ਇਹ ਕਹਿਣਾ ਚਾਹੀਦਾ ਵੀ ਹੁਣ ਨਹੀਂ ਸਵੇਰੇ ਮੈਂ ਕਰੂੰਗਾ ਜੋ ਕਰਨਾ। ਤੁਸੀਂ ਦੇਖਣਾ ਮੇਰਾ ਖਿਆਲ ਵੀ 60-70% ਬੰਦਿਆਂ ਦੀ ਸਵੇਰੇ ਓਪੀਨੀਅਨ ਬਦਲ ਚੁੱਕੀ ਹੁੰਦੀ ਹੈ। ਠੀਕ ਹੈ, ਜੇ ਉਸ ਵੇਲੇ ਦਾ ਉਹ ਐਕਸ਼ਨ ਕਿਤੇ ਨੂੰ ਕਿਤੇ ਰੋਕ ਲਿਆ ਜਾਏ, ਖਾਸ ਤੌਰ 'ਤੇ ਫੋਨ ਨੂੰ ਹੱਥ ਨਾਲ ਲਾਇਆ ਜਾਏ। ਦੇਖੋ ਮੇਰਾ ਖਿਆਲ ਹੈ ਜਿਹੜੇ ਤੁਸੀਂ ਸੁਜੈਸ਼ਨਾਂ ਦਿੱਤੀਆਂ ਜ਼ਿਆਦਾ ਪ੍ਰੈਕਟੀਕਲ ਆ। ਨਹੀਂ ਮੈਂ ਤਾਂ ਤੁਹਾਨੂੰ ਇਸੇ ਗੱਲ ਨਹੀਂ, ਇਹ ਸਹੀ ਗੱਲ ਹੈ ਤੁਹਾਡੀ, ਜਾ ਕੇ ਵੀ ਉਸ ਸਮੇਂ 'ਚ ਕੀ ਕੀਤਾ ਜਾਵੇ ਆਹ। ਬਾਕੀ ਇਹਦੇ ਨਾਲ ਸ਼ਰਾਬ ਤੋਂ ਆਪਾਂ ਅਗਾਹ ਗਏ ਵੀ ਇਹਦੇ 'ਚ ਵੈਸੇ ਵੀ ਜੇ ਤੁਸੀਂ ਆਪਣੇ ਰੀਹੈਬ ਵਗੈਰਾ ਕਰਾ ਸਕੋ ਕਿਤੇ, ਇੱਦਾਂ ਦੇ ਮੈਨੇਜਮੈਂਟ ਲੈ ਲਓ ਅਲਕੋਹਲ ਨੂੰ ਕਿੱਦਾਂ ਕੰਟਰੋਲ, ਇਹ ਵੀ ਹੈਲਪਫੁੱਲ ਹੋ ਜਾਂਦੀ ਹੈ। ਨੋ ਨੋ ਉਹਦਾ ਫੇਲਰ ਮੂਹਰੇ ਉਹ ਇਹਦੀਆਂ ਕਲਾਸਾਂ ਲਾਉਂਦੇ ਹੁੰਦੇ, ਪਿੱਛੇ ਇਹਦੇ ਵਾਲੀ ਬੇਟੇ ਸ਼ਰਾਬ ਪੀਂਦੇ ਹੁੰਦੇ। ਚਲੋ ਇਹਦੇ 'ਚ ਉਹਦਾ ਧਾਰਮਿਕ ਜਿਹੜੇ ਅਦਾਰੇ ਆ ਉਹ ਵੀ ਚੰਗਾ ਕੰਮ ਕਰਦੇ ਆ, ਸ਼ਰਾਬ ਛਡਾਉਂਦੇ ਆ ਕਈ, ਹਾਂ ਉਹ ਚੰਗਾ ਕੰਮ ਕਰਾਉਂਦੇ ਆ ਉਹਦੇ ਵਿੱਚ ਉਹਨਾਂ ਦੇ। ਖੈਰ ਚਲੋ ਆਪਾਂ ਇਹ ਹੋ ਗਿਆ। ਅੱਛਾ ਅਗਲਾ ਜਿਹੜਾ ਆਇਆ ਜੀ ਤੀਜੇ ਨੰਬਰ 'ਤੇ, ਉਹ ਦੱਸੋ, ਉਹ ਤੀਜੇ ਨੰਬਰ 'ਤੇ ਮੇਰੇ 'ਤੇ ਹੈਗਾ ਜੀ ਜ਼ੁਬਾਨ 'ਤੇ ਕੰਟਰੋਲ ਨਾ ਹੋਣਾ। ਅੱਛਾ, ਇਹ ਇੱਕ ਵੱਡਾ ਕਾਰਨ ਆ ਜਿਹੜਾ ਫੈਮਿਲੀ ਦੀਆਂ ਪ੍ਰੋਬਲਮਾਂ ਦੇ ਵਿੱਚ ਹੈਗੀ ਹੈ। ਅਤੇ ਤੁਹਾਡਾ ਆਪਣੇ ਜਿਸ ਗੱਲ ਕਹਿਣ ਲੱਗੇ ਨਾ ਜੀ, ਮੇਰੇ ਖਿਆਲ 'ਚ ਇਹ ਬੜਿਆਂ ਕਾਰਨਾਂ ਵਿੱਚੋਂ ਇੱਕ ਆ, ਔਰ ਕਈ ਬੰਦੇ ਸਮਝਦੇ ਵੀ ਸਭ ਤੋਂ ਵੱਡਾ ਕਾਰਨ ਇਹ। ਅੱਛਾ, ਸਭ ਤੋਂ ਵੱਡਾ ਕਾਰਨ ਕਈ ਬੰਦੇ ਸਮਝਦੇ ਆ ਵੀ ਜ਼ੁਬਾਨ ਦੇ ਉੱਤੇ ਕੰਟਰੋਲ ਨਾ ਹੋਣਾ। ਨਾਲੇ ਕਹਿੰਦੇ ਵੀ ਗਿੱਲੇ ਥੋਂ ਪਈ ਆ ਕਹਿੰਦੇ ਤਿਲਕ ਜਾਂਦੀ। ਹਾਂ ਮੈਂ ਕਿਉਂਕਿ ਉਹ ਇਹ ਕਹਿੰਦੇ ਵੀ ਪ੍ਰੋਬਲਮ ਤਾਂ ਉਦੋਂ ਹੀ ਪੈਦਾ ਹੋਣੀ ਹੈ ਜੇ ਤੁਹਾਡੇ ਮੂੰਹ 'ਚੋਂ ਕੁਛ ਨਿਕਲਣਾ। ਜੇ ਤੁਹਾਡੇ ਅੰਦਰ ਮੇਰੇ ਮਨ ਦੇ ਵਿੱਚ ਜੇ ਤੁਹਾਡੇ ਪ੍ਰਤੀ ਅੰਦਰ ਨਫ਼ਰਤ ਹੈਗੀ ਆ, ਜਾ ਕੇ ਜੋ ਹੈਗੀ ਹੈ ਤਾਂ ਹੈਗੀ ਹੈ, ਉਹ ਜ਼ਾਹਰ ਉਦੋਂ ਹੋਣੀ ਹੈ ਜਿਸ ਵੇਲੇ ਬਾਹਰ ਆਉਣੀ ਹੈ ਜੀ। ਔਰ ਜਿਸ ਵੇਲੇ ਬਾਹਰ ਆਉਣੀ ਆ ਉਸਨੇ ਬਾਹਰ ਆ ਕੇ ਪ੍ਰੋਬਲਮ ਕ੍ਰੀਏਟ ਕਰਨੀ ਹੈ, ਜਿੰਨਾ ਚਿਰ ਉਹ ਅੰਦਰ ਰਹਿਣੀ ਆ ਉਨਾ ਚਿਰ ਉਹਨੇ ਪ੍ਰੋਬਲਮ ਕ੍ਰੀਏਟ ਨਹੀਂ ਕਰਨੀ। ਸੋ ਜਿਸ ਬੰਦੇ ਦਾ ਜ਼ੁਬਾਨ 'ਤੇ ਕੰਟਰੋਲ ਹੈਗਾ ਆ ਉਹਦੇ ਚਾਂਸਿਸ ਬਹੁਤ ਘੱਟ ਆ ਵੀ ਉਹ ਪ੍ਰੋਬਲਮਾਂ 'ਚ ਫਸੇ ਇੱਦਾਂ ਦੀਆਂ 'ਚ ਆ ਕੇ। ਜਦੋਂ ਤੁਹਾਡਾ ਜ਼ੁਬਾਨ 'ਤੇ ਕੰਟਰੋਲ ਨਹੀਂ ਰਹਿੰਦਾ ਨਾ ਜੀ, ਤੁਸੀਂ ਜੋ ਤੁਹਾਨੂੰ ਪਤਾ ਹੀ ਨਹੀਂ ਕੀ ਕਰਦੇ ਕੀ ਕਹਿ ਰਹੇ ਤੁਸੀਂ। ਜਿਹੜੇ ਸਾਇੰਸ ਸਾਹਿਬ ਲਫ਼ਜ਼ ਆ, ਇਹ ਲਫ਼ਜ਼ ਇੱਕ ਵਾਰ ਹੋਈ ਸੀ ਗੱਲ ਇੱਦਾਂ ਦੀ ਆਪਾਂ ਕੋਲ, ਇਹ ਲਫ਼ਜ਼ ਉਨਾ ਹੀ ਚਿਰ ਤੁਹਾਡੇ ਗੁਲਾਮ ਆ ਜਿੰਨਾ ਚਿਰ ਤੁਹਾਡੇ ਅੰਦਰ ਆ। ਜਿਸ ਵੇਲੇ ਤੁਹਾਡੇ ਬਾਹਰ ਆ ਗਏ ਫਿਰ ਤੁਸੀਂ ਇਹਨਾਂ ਦੇ ਗੁਲਾਮ ਆ, ਫਿਰ ਤੁਸੀਂ ਇਹਨਾਂ ਦੇ ਮਗਰ ਫਿਰਨਾ, ਸਪਸ਼ਟੀਕਰਨ ਦੇਣਾ, ਨਹੀਂ ਜੀ ਮੇਰਾ ਮਤਲਬ ਇਹ ਨਹੀਂ ਹੈ, ਮੇਰਾ ਮਤਲਬ ਤਾਂ ਉਹ ਸੀਗਾ, ਮੇਰਾ ਮਤਲਬ ਇੱਦਾਂ ਸੀਗਾ, ਉਨਾ ਚਿਰ ਹੀ ਆ ਜਿੰਨਾ ਚਿਰ ਤੁਹਾਡੇ ਕੰਟਰੋਲ ਦੇ ਵਿੱਚ ਹੈਗੇ। ਸੋ ਇਹ ਬਹੁਤ ਹੀ ਜ਼ਰੂਰੀ ਗੱਲ ਹੈਗੀ ਆ ਵੀ ਆਪਣੀ ਜ਼ੁਬਾਨ 'ਤੇ ਉੱਤੇ ਕੰਟਰੋਲ ਰੱਖੋ। ਜੇ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਹੈਗਾ ਤਾਂ ਫਿਰ ਇਹ ਜਿਹੜੇ ਹੈਗਾ ਪ੍ਰੋਬਲਮ ਵਧਣੀ ਜਿਹੜੀ ਹੈਗੀ ਹੈ। ਲਫ਼ਜ਼ ਤੁਹਾਨੂੰ ਮਾਨਸਿਕ ਤੌਰ 'ਤੇ ਇੰਨਾ ਇੰਜਰਡ ਕਰ ਦਿੰਦੇ ਆ ਜਿੰਨੇ ਤੁਹਾਡੇ ਫਿਜ਼ੀਕਲ ਸੱਟ ਮਾਰਨ ਵੀ ਇੰਜਰਡ ਨਹੀਂ ਹੁੰਦੀ। ਕਈ ਲੋਕ ਸਭ ਲਫ਼ਜ਼ਾਂ ਦੇ ਐਡੇ ਮਾਹਰ ਆ ਨਾ, ਜਿਵੇਂ ਅੰਗਾਰਾ ਨਹੀਂ ਤਪਦਾ ਤਪਦਾ ਤੁਹਾਡੇ ਥੇਲੀ 'ਤੇ ਰੱਖ ਦੇਵੇ ਕੋਈ, ਹਾਂਜੀ ਇਸ ਤਰ੍ਹਾਂ ਦੇ ਲਫ਼ਜ਼ ਨੇ ਉਹਨਾਂ ਕੋਲ। ਜਦੋਂ ਵੀ ਇਹ ਨਹੀਂ ਵੀ ਇੱਕ ਅੱਧਾ ਲਫ਼ਜ਼ ਆ, ਲਗਾਤਾਰ 2-3 ਸੈਂਟੈਂਸ ਜੇ ਬੋਲਣੇ ਆ ਤਾਂ ਇਸ ਤਰ੍ਹਾਂ ਦੀ ਬੋਲਣੇ ਆ ਜਿਵੇਂ ਅੰਗਾਰ ਹੋਣ। ਥਿੰ ਸਾਹਿਬ ਇੱਦਾਂ ਇੱਥੇ ਕਹਿੰਦੇ, ਮੈਨੂੰ ਇੱਕ ਵਾਰ ਇੱਕ ਬਜ਼ੁਰਗ ਮੁੜੇ, ਉਹਨਾਂ ਦੇ ਪ੍ਰੋਬਲਮ ਸੀ ਉਹ ਕੁਛ ਕਰ ਨਾ ਸਕੇ, ਉਹ ਮੈਨੂੰ ਕਹਿੰਦੇ ਮੈਂ ਕਰਾਂ ਕੀ, ਕਹਿੰਦੇ ਲਫ਼ਜ਼ ਕਹਿੰਦੇ ਇੱਦਾਂ, ਉਹਨਾਂ ਦੀ ਮੇਰੇ ਖਿਆਲ ਡਾਕਟਰ ਨੇ ਲਾ ਦੀ ਪ੍ਰੋਬਲਮ ਸੀ, ਕਹਿੰਦੇ ਉਹ ਲਫ਼ਜ਼ ਇੱਦਾਂ ਦੇ ਕਰਦੀ ਆ ਚੀਰ ਕੇ ਲੈ ਜਾਂਦੀ ਹੈ ਕਹਿੰਦੇ ਮੇਰੇ ਅੰਦਰ ਨੂੰ ਜਾ ਕੇ, ਮੈਂ ਕੀ ਕਰਾਂ ਜਾ ਕੇ, ਲਫ਼ਜ਼ ਇੱਦਾਂ ਦੇ ਕਹਿਣੇ ਜਾ ਕੇ। ਸੋ ਇਹ ਲਫ਼ਜ਼ਾਂ ਦੇ ਇਹਨਾਂ ਦੇ ਵਿੱਚ ਸੋਫਟ ਜਿਹੜੀ ਭਾਸ਼ਾ ਆ ਇਹਦੀ ਕਲਟੀਵੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਔਰ ਜਿਹੜੇ ਮਾੜੇ ਔਰ ਗੰਦੇ ਔਰ ਜਿਹੜੇ ਅਪਮਾਨਜਨਕ ਸ਼ਬਦ ਆ ਉਹ ਤਾਂ ਆਪਣੀ ਡਿਕਸ਼ਨਰੀ 'ਚੋਂ ਕੱਢੇ ਦੇਣੇ ਚਾਹੀਦੇ ਆ ਜਾ ਕੇ, ਉਹ ਉਹਨਾਂ ਦਾ ਕਰਦਾ ਵੀ ਬਣਾ ਲਓ ਮਨ ਵੀ ਇਹਨਾਂ ਦਾ ਪ੍ਰਯੋਗ ਕਰਨਾ ਹੀ ਨਹੀਂ ਹੈ ਘਰ ਦੇ ਵਿੱਚ, ਅਸੀਂ ਇੱਦਾਂ ਦੀ ਗੱਲ ਕਰਨੀ ਨਹੀਂ ਇਹ, ਕਿਉਂਕਿ ਜਦੋਂ ਅਸੀਂ ਇੱਦਾਂ ਦੇ ਲਫ਼ਜ਼ ਕਰਦੇ ਉਹ ਬੱਚੇ ਵੀ ਸਿੱਖਦੇ ਉੱਦਾਂ ਦੀ ਗੱਲ ਜਿਹੜੀ ਹੈਗੀ, ਔਰ ਉਹ ਬੱਚੇ ਜਿਹੜੇ ਉਹ ਖੁਦ ਆਪ ਫਿਰ ਉੱਦਾਂ ਦੀ ਗੱਲ ਕਰਦੇ ਆ। ਦੋ ਭਰਾਵਾਂ ਦੀ ਨਾ ਉਸ ਵਿੱਚ ਬਹਿਸ ਹੋ ਗਈ ਅਤੇ ਲੜ ਪਏ, ਕੁੱਤਾ ਬੈਠਾ ਹੀ ਕੋਲ, ਉਹ ਕੁੱਤੇ ਦੇ ਉੱਤੇ ਹੱਥ ਫਿਰੀ ਜਾਵੇ, ਕਹਿੰਦਾ ਕੁਛ ਬੰਦਿਆਂ ਨਾਲ ਤਾਂ ਕੁੱਤੇ ਚੰਗੇ ਆ, ਨਾਲੇ ਕਹੀ ਜਾਵੇ 2-3 ਵਾਰੀ ਗਿਆ। ਫਿਰ ਉਹਦਾ ਪਿਓ ਬੇਟਾ ਉਹ ਕਹਿੰਦਾ ਤੇਰਾ ਸਕਾ ਭਾਈ ਆ, ਉਹ ਕਹਿੰਦਾ ਸਕੇ ਦੇ ਮੈਂ ਸੱਕ ਲਾਉਣੇ ਆ, ਔਰ ਜਿਹੜੀ ਵੀ ਗੱਲ ਬੋਲੇ ਜਿਹੜੀ ਵੀ ਗੱਲ ਬੋਲੇ, ਅਖੀਰ ਉਹਨੇ ਫਿਰ ਦੂਜੇ ਨੇ ਫੜ ਕੇ ਕੁੱਟਿਆ ਤਾਂ ਉਹ ਠੀਕ ਹੋਇਆ। ਉਹ ਕੁੱਟ ਖਾਣ ਦੇ ਵਿੱਚ ਵੀ ਕਈ ਲੋਕਾਂ ਦੇ ਨਾ ਸ਼ਬਦ ਜਿਹੜੇ ਆ ਉਹ ਬਹੁਤ ਵੱਡਾ ਰੋਲ ਪਲੇ ਕਰਦੇ। ਥਿੰਦ ਸਾਹਿਬ ਚਲੋ ਸਾਰਿਆਂ ਦੀ ਤਾਂ ਨਾ ਕਹੋ, ਮੈਂ ਕਹਾਂ ਬਹੁਤੇ ਕਤਲਾਂ ਦਾ ਆਗਾਜ਼ ਲਫ਼ਜ਼ਾਂ ਤੋਂ ਹੁੰਦਾ, ਬਹੁਤੇ ਕਤਲਾਂ ਦਾ ਆਗਾਜ਼ ਜਿਹੜਾ ਆ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਲਫ਼ਜ਼ਾਂ ਤੋਂ ਹੁੰਦੀ ਹੈ ਕਈ ਕੇਸਿਸ ਦੇ ਵਿੱਚ ਜਾ ਕੇ, ਕਿਉਂਕਿ ਜੇ ਲਫ਼ਜ਼ ਤੁਸੀਂ ਇੱਦਾਂ ਦਾ ਮਾੜਾ ਕਹਿੰਦੇ ਆ ਉਹ ਲਫ਼ਜ਼ ਵਾਸਤੇ ਉਹ ਕਈ ਤੁਸੀਂ ਜਿੱਦਾਂ ਤੁਸੀਂ ਦੱਸਿਆ ਕਈ ਮਨ ਦੇ ਵਿੱਚ ਰੱਖ ਲੈਂਦੇ ਆ, ਉਹ ਲੇਟਰ ਔਨ ਜਾ ਕੇ ਫਿਰ ਉਹਨੂੰ ਕੱਢਦੇ ਆ, ਕਈ ਇਮੀਜੀਏਟਲੀ ਰਿਐਕਟ ਕਰਦੇ ਆ। ਪਰ ਇੱਕ ਚੀਜ਼ ਜ਼ਰੂਰੀ ਆ ਵੀ ਲਫ਼ਜ਼ ਜਿਹੜੇ ਹੈਗੇ ਆ ਇਹਨਾਂ 'ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਆ। ਜੇ ਲਫ਼ਜ਼ਾਂ ਦੇ ਉੱਤੇ ਕੰਟਰੋਲ ਕਰ ਲਿਆ, ਜਿਵੇਂ ਇੱਕ ਵਾਰ ਐਬਰਾਹਿਮ ਲਿੰਕਨ ਨੇ ਕਿਹਾ, ਉਹ ਕਹਿੰਦੇ ਆਈ ਹੈਵ ਆਫਟਨ ਰਿਗਰੈਟਡ ਮਾਈ ਸਪੀਚ ਬਟ ਨੈਵਰ ਮਾਈ ਸਾਇਲੈਂਸ। ਉਹ ਕਹਿੰਦੇ ਮੈਂ ਆਪਣੇ ਕਹਿੰਦੇ ਜਿਹੜੇ ਸ਼ਬਦ ਕਹੇ ਉਹਨਾਂ 'ਤੇ ਤਾਂ ਮੈਨੂੰ ਕਈ ਬਹੁਤ ਵਾਰ ਅਫਸੋਸ ਹੋਇਆ,
ਪਰ ਮੇਰੇ ਚੁੱਪ 'ਤੇ ਮੈਨੂੰ ਕਦੇ ਅਫਸੋਸ ਨਹੀਂ ਇਸ ਗੱਲ ਦੇ ਉੱਤੇ ਹੈ। ਇੱਕ ਚੁੱਪ ਸੌ ਸੁੱਖ, ਇੱਕ ਚੁੱਪ ਸੌ ਸੁੱਖ, ਇੱਕ ਪਿੰਡਾਂ 'ਚ ਹੋਰ ਵੀ ਕਹਿੰਦੇ ਹੁੰਦੇ ਸੀ ਵੀ ਜ਼ਬਾਨ ਕਹਿੰਦੀ ਆ ਵੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ। ਠੀਕ ਹੈ, ਕਹਿੰਦੇ ਸਪੀਚ ਪਿੱਤਲ ਹੈ, ਜਿਹੜੀ ਖਾਮੋਸ਼ੀ ਹੈ ਸੋਨਾ। ਉਹ ਸੋਨਾ। ਅੱਛਾ ਫਿਰ ਸਰ, ਹੋਰ ਅਗਲਾ ਕੀ ਹੈ ਜਿਹੜਾ ਇਹਦਾ ਕਾਰਨ? ਸਰ ਮੇਰੇ ਇੱਕ ਦਿਮਾਗ 'ਚ ਹੈਗਾ, ਜਿਹੜੇ ਹੈਗੇ ਬੈਡ ਐਡਵਾਈਜ਼ਰ, ਜਿਹੜੇ ਜਿਹੜੇ ਐਡਵਾਈਜ਼ਰ ਦੋਹਾਂ ਪਾਸੇ, ਹਸਬੈਂਡ ਨੂੰ ਵੀ, ਵਾਈਫ ਨੂੰ ਵੀ, ਔਰਤ ਨੂੰ, ਮੇਲ ਨੂੰ ਵੀ, ਫੀਮੇਲ ਨੂੰ ਵੀ, ਬੰਦਿਆਂ ਦੇ ਵਿੱਚ ਵੀ ਇਹੋ ਜਿਹਾ ਸੈਕਸ਼ਨ ਹੈਗਾ ਜਿਹੜੇ ਬੰਦੇ ਦੇ ਸਲਾਹਕਾਰ ਇੱਦਾਂ ਦੇ ਹੈਗੇ ਆ ਵੀ ਤੈਨੂੰ ਅਸੀਂ ਦੱਸਦੇ ਹਾਂ ਤੀਵੀਂ ਨੂੰ ਇੱਦਾਂ ਸਿੱਧੀ ਕਰਕੇ ਰੱਖੀਦਾ, ਤੀਵੀਂ ਐਂ ਠੀਕ ਕਰੀ ਦੇ, ਇਹਨੂੰ ਹੁਣੇ ਠੀਕ ਕਰ ਲਾ, ਨਹੀਂ ਇਸ ਸਿਰੇ ਚੜ੍ਹ ਜਾਣੀ ਹੈ, ਸਾਰੀ ਉਮਰ ਦੁਖੀ ਰਹੇਗਾ ਜਾ ਕੇ, ਇਹਨੂੰ ਤਾਂ ਦਬਾ ਕੇ ਰੱਖਿਆ ਠੀਕ ਹੈ। ਕਈ ਕੇਸਿਸ ਦੇ ਵਿੱਚ ਤੁਹਾਡੇ ਸਕੇ ਭਰਾ ਪਿਓ ਵੀ ਕਿਹੋ ਜਿਹੀਆਂ ਗੱਲਾਂ ਕਰਦੇ, ਦੱਸਦੇ ਆ ਇੱਦਾਂ, ਉਹ ਐਡਵਾਈਸ ਗਲਤ ਕਰਦੇ ਆ, ਇਹ ਨਹੀਂ ਕਰਦੇ ਵੀ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਕਿੱਦਾਂ ਆਊਗੀ, ਇਹ ਨਹੀਂ ਦੱਸਣਾ ਹੈਗਾ, ਇਹ ਦੱਸਣਾ ਹੈਗਾ ਵੀ ਉਹਨੂੰ ਦਬਾ ਕੇ ਕਿੱਦਾਂ ਰੱਖਿਆ ਜਾ ਸਕਦਾ। ਅੱਛਾ, ਇਹ ਗੱਲ ਦੂਜੇ ਪਾਸੇ ਕੀ ਆ, ਹੁਣ ਦੂਏ ਪਾਸੇ ਵੀ ਸ਼ੁਰੂ ਹੋ ਗਿਆ ਕਿਉਂਕਿ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਵੀ ਕੰਮ ਦੇ ਉੱਤੇ ਦੱਸਦੇ ਵੀ ਆਦਮੀ ਨੂੰ ਐਂ ਠੀਕ ਕਰੀਦਾ, ਇਹ ਇੰਡੀਆ ਨਹੀਂ ਹੈ, ਇਹ ਕਨੇਡਾ ਆ, ਇੱਥੇ ਜਿਹੜਾ ਹੈਗਾ ਆ ਬੰਦਾ ਇੱਦਾਂ ਠੀਕ ਕਰਕੇ ਰੱਖੀਦਾ ਜਾ ਕੇ, ਇੱਥੇ ਖੁੱਲ ਬਹੁਤ ਹੈ ਜਾ ਕੇ, ਤੱਕਲੇ 'ਚ ਤਾਂ ਬਲ ਰਹਿ ਜਾਵੇ, ਰਹਿ ਜਾਵੇ ਬੰਦੇ 'ਚ ਬਲ, ਇੱਥੇ ਜਿਹੜੇ ਹੈਗੇ ਇੱਥੇ, ਹੁਣ ਉਹ ਨਾ ਸਮਝੋ ਵੀ ਇੱਥੇ ਕੁਛ ਨਹੀਂ ਤੁਸੀਂ ਕਰ ਸਕਦੇ ਆ, ਇੱਥੇ ਬੰਦਾ ਸਿੱਧਾ ਕਰਨਾ ਬਹੁਤ ਸੌਖਾ ਆ ਇੰਡੀਆ ਦੇ ਨਾਲੋਂ ਜਾ ਕੇ, ਇੱਦਾਂ ਦੀ ਐਡਵਾਈਸ ਕਰਦੇ ਆ। ਸੋ ਇਹ ਜਿਹੜੇ ਬੈਡ ਐਡਵਾਈਜ਼ਰ ਆ, ਇਹ ਵੀ ਇੱਕ ਕਾਰਨ ਆ ਜਾ ਕੇ ਘਰਾਂ ਦੇ ਵਿੱਚ ਕਲੇਸ਼ ਜਿਹੜਾ ਹੈਗਾ ਵਧਾਉਣ ਦੇ ਲਈ। ਸੋ ਮੇਰੀ ਜਿਹੜੀ ਹੈਗੀ ਆ ਇੱਕ ਇਹ ਬਹੁਤ ਜਿੱਦਾਂ ਕਹਿ ਲਓ ਸੁਨੇਹਰ ਬੇਨਤੀ ਆ ਵੀ ਇੱਦਾਂ ਦੇ ਐਡਵਾਈਜ਼ਰਾਂ ਤੋਂ ਬਚੋ, ਕਿਉਂਕਿ ਜਿਹੜਾ ਬੰਦਾ ਵੀ ਤੁਹਾਨੂੰ ਆਪਣੇ ਪਾਰਟਨਰ ਦੇ ਖਿਲਾਫ ਸਲਾਹ ਦਿੰਦਾ ਆ ਉਹਦਾ ਮਤਲਬ ਆ ਉਹ ਤੁਹਾਡੇ ਪਰਿਵਾਰ ਦੀ ਸੁੱਖ ਸ਼ਾਂਤੀ ਨਹੀਂ ਚਾਹੁੰਦਾ, ਚਾਹੇ ਉਹ ਔਰਤ ਨੂੰ ਸਲਾਹ ਦੇ ਰਿਹਾ ਦੇ ਰਹੀ ਆ, ਚਾਹੇ ਉਹ ਬੰਦੇ ਨੂੰ ਸਲਾਹ ਬੰਦੇ ਨੂੰ ਸਲਾਹ ਦੇ ਰਿਹਾ ਜਾ ਕੇ। ਸੋ ਉਹਦੇ ਵਿੱਚ ਜਦੋਂ ਵੀ ਥਿੰਦ ਸਾਹਿਬ ਕੋਈ ਬੰਦਾ ਆ ਕੇ, ਫਰਜ਼ ਕਹੋ ਇਹ ਤੋਂ ਬਿਨਾਂ ਵੀ ਜੇ ਕੋਈ ਬੰਦਾ ਫਿਰ ਮੈਨੂੰ ਆ ਕੇ ਕਹਿੰਦਾ ਜਾ ਕੇ ਵੀ ਬਈ ਮਿਸਟਰ ਥਿੰਦ ਇੱਦਾਂ ਕਹਿੰਦਾ ਸੀ ਤੁਹਾਡੇ ਬਾਰੇ, ਐਂ ਕਹਿੰਦਾ, ਹੁਣ ਇੱਕ ਗੱਲ ਪੱਕੀ ਆ ਉਹਦੇ ਵਿੱਚ ਵੀ ਉਹ ਬੰਦਾ ਮੈਨੂੰ ਤਾਂ ਮਿਸਟਰ ਥਿੰਦ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਉਹਦਾ ਮਤਲਬ ਹੈ ਵੀ ਇਹ ਥੋੜ੍ਹੀ ਜਿਹਾ ਦੂਰ ਹੋਣ ਜਾ ਕੇ, ਕਿਉਂਕਿ ਜਦੋਂ ਵੀ ਕੋਈ ਬੰਦਾ ਕਿਸੇ ਦੇ ਖਿਲਾਫ ਤੁਹਾਡੇ ਗੱਲ ਕਰੋ ਤਾਂ ਉਹਨੂੰ ਵਿਦ ਏ ਗ੍ਰੇਨ ਆਫ ਸਾਲਟ ਲਾਓ ਅਤੇ ਬਹੁਤ ਸੋਚੋ ਵਿਚਾਰੋ ਵੀ ਕਿਉਂ ਕਰਦਾ, ਇਹਦਾ ਪਰਪਜ਼ ਕੀ ਆ, ਕੀ ਮੇਰੀ ਬਿਹਤਰੀ ਲਈ ਕਰ ਰਿਹਾ ਜਾਂ ਮੈਨੂੰ ਖਰਾਬ ਕਰਨ ਦੇ ਲਈ ਕਰ ਰਿਹਾ ਜਾਂ ਇਹਦਾ ਕੀ, ਇਹ ਬਹੁਤ ਜ਼ਰੂਰੀ ਆ ਉਹ ਜਾਣਨ ਦੀ ਵੀ ਉਹਦੇ ਪਿੱਛੇ ਪਰਪਜ਼ ਕੀ ਹੈ। ਬਹੁਤੀ ਕੇਸਿਸ ਦੇ ਵਿੱਚ ਜਦੋਂ ਪਰਪਜ਼ ਜਿਹੜਾ ਹੁੰਦਾ ਆ ਉਹ ਰਿਲੇਸ਼ਨ ਨੂੰ ਖਰਾਬ ਕਰਨਾ ਹੁੰਦਾ। ਸੋ ਬੈਡ ਐਡਵਾਈਜ਼ਰ ਤੋਂ ਦੋਹਾਂ ਨੂੰ ਬਚਣ ਦੀ ਬਹੁਤ ਲੋੜ ਆ। ਕੋਈ ਵੀ ਜੇ ਤੁਹਾਨੂੰ ਇਹ ਸਲਾਹ ਦਿੰਦਾ ਵੀ ਘਰਦੇ ਨੂੰ ਇੱਦਾਂ ਠੀਕ ਕਰਨਾ ਜਾਂ ਘਰਵਾਲੀ ਨੂੰ ਇੱਦਾਂ ਠੀਕ ਕਰਨਾ, ਉਹਨੂੰ ਡਿਸਰਗਾਰਡ ਕਰ ਦਿਓ, ਫਰਗੈਟ ਇਟ, ਉਹਨੂੰ ਸਲਾਹ ਮੰਨਣ ਦੀ ਲੋੜ ਨਹੀਂ। ਇਸ ਕਰਕੇ ਇਹਦੇ 'ਤੇ ਤਾਂ ਮੈਂ ਇੰਨੇ ਕਹਿਣਾ ਜਾ ਕੇ। ਹੁਣ ਅਗਲਾ ਜਿਹੜਾ ਹੈਗਾ ਥਿੰਦ ਸਾਹਿਬ ਉਹ ਵੀ ਇਹਦਾ ਥੋੜ੍ਹਾ ਜਿਹਾ ਮਿਲਦਾ ਜੁਲਦਾ, ਉਹ ਹੈਗਾ ਇੰਟਰਫੀਰੈਂਸ ਆਫ ਪੇਰੈਂਟਸ। ਜਿਹੜੀ ਆ ਪੇਰੈਂਟਸ ਦੀ ਇੰਟਰਫੀਰੈਂਸ ਹੈ ਨਾ ਦੋਹਾਂ ਪਾਸਿਆਂ ਦੇ ਪੇਰੈਂਟਸ, ਮੈਂ ਇਹ ਨਹੀਂ ਕਹਿੰਦਾ ਵੀ ਮੁੰਡੇ ਦੇ ਪੇਰੈਂਟਸ ਦੀ ਹੈਗੇ ਜਾਂ ਲੜਕੀ ਦੇ ਪੇਰੈਂਟਸ ਦੀ ਹੈਗੀ ਆ, ਦੋਨਾਂ ਸਾਰਿਆਂ ਕੇਸਾਂ 'ਚ ਨਹੀਂ ਹੈ, ਜਿੱਦਾਂ ਮੈਂ ਕਿਹਾ ਸੀ ਵੀ ਹਰ ਫੈਮਿਲੀ ਦਾ ਆਪਣਾ ਆਪਣਾ, ਸਾਰਿਆਂ ਕੇਸਾਂ 'ਚ ਨਹੀਂ ਹੈ, ਪਰ ਕਾਫੀ ਕੇਸਿਸ ਦੇ ਵਿੱਚ ਜਿਹੜਾ ਹੈਗਾ ਆ ਜਿਹੜੇ ਪੇਰੈਂਟਸ ਆ ਉਹ ਸਹੀ ਸਲਾਹ ਨਹੀਂ ਦਿੰਦੇ ਹੈ ਜਾ ਕੇ। ਜਿੱਦਾਂ ਅੱਗੇ ਇੰਡੀਆ 'ਚ ਹੋਰ ਤਰ੍ਹਾਂ ਹੁੰਦਾ ਸੀ, ਇੰਡੀਆ 'ਚ ਉਹ ਆ ਵੀ ਕੁੜੀ ਨੂੰ ਵੀ ਤੇਰਾ ਹੁਣ ਇੱਥੋਂ ਜਨਾਜ਼ਾ ਹੀ ਨਿਕਲਣਾ ਜਾ ਕੇ, ਤੇਰਾ ਇਹ ਕਰ ਰਿਹਾ ਸਭ ਕੁਛ ਪਤਾ, ਉਹ ਗੱਲਾਂ ਹੁਣ ਨਹੀਂ ਹੈ ਜਾ ਕੇ ਜੀ, ਹੁਣ ਇੱਦਾਂ ਨਹੀਂ ਹੈ ਜਾ ਕੇ। ਹੁਣ ਜਿਹੜੇ ਹੈਗੇ ਆ ਉਹ ਕਈ ਪੇਰੈਂਟਸ ਜਿਹੜੇ ਹੈਗੇ ਆ ਉਹ ਲੜਕੀ ਨੂੰ ਵੀ ਜਾਂ ਲੜਕੇ ਨੂੰ ਵੀ ਹੈਗਾ ਉਹਨੂੰ ਇੱਦਾਂ ਦੀ ਸਲਾਹ ਦਿੰਦੇ ਆ ਜਿਹਦੇ ਨਾਲ ਉਹਨਾਂ ਦੋਹਾਂ ਦੇ ਵਿੱਚ ਨਫ਼ਰਤ ਪੈਦਾ ਹੋਵੇ ਔਰ ਗੁੱਸਾ ਆਵੇ ਇਹਨਾਂ ਦੇ ਵਿੱਚ। ਅੱਛਾ, ਹੁਣ ਇੱਥੇ ਯੂਨੀਕ ਸਿਚੁਏਸ਼ਨ ਇਹ ਪੈਦਾ ਹੋ ਗਈ ਪਿਆ ਸਾਹਿਬ ਵੀ ਕਈ ਵਾਰੀ ਲੜਕੇ ਦੇ ਵੀ ਲੜਕੀ ਦੇ ਵੀ ਪੇਰੈਂਟਸ ਇੱਕ ਛੱਤ ਹੇਠ ਹੀ ਰਹਿੰਦੇ ਆ ਔਰ ਕਈਆਂ ਨੇ ਉੱਪਰੋਂ ਜਾਣਾ ਬੰਦ ਕੀਤਾ ਕਿ ਤੂੰ ਬੇਸਮੈਂਟ 'ਚ ਨਹੀਂ ਜਾ ਸਕਦੀ, ਜਦ ਤੂੰ ਬੇਸਮੈਂਟ ਜਾ ਕੇ ਆਉਣੀ ਹੈ ਤੇਰਾ ਤੌਰ ਤਰੀਕਾ ਬਦਲਿਆ ਹੁੰਦਾ ਔਰ ਵਾਈਸ ਵਰਸਾ। ਔਰ ਇਹ ਵੀ ਹੁਣ ਇਸ਼ੂ ਪੈਦਾ ਹੋਣ ਲੱਗ ਪਏ ਵੀ ਅੱਗੇ ਤਾਂ ਦੂਰ ਪਿੰਡ 'ਚ ਜਾਣਾ, ਚਲੋ ਘੱਟੋ ਘੱਟ ਘਰ ਭਰੇ, ਟੈਲੀਫੋਨ ਵੀ ਹੈ ਜੀ, ਹੁਣ ਇੱਕੋ ਫੈਮਿਲੀ ਦੇ ਵਿੱਚ ਰਹਿਣਾ ਤੇ ਟੈਲੀਫੋਨ ਦੀ ਵੀ ਜ਼ਰੂਰਤ ਨਹੀਂ, ਗੱਲਾਂ ਸੁਣਦੀਆਂ ਰਹਿਣੀਆਂ। ਥਿੰਦ ਸਾਹਿਬ ਕਈ ਵਿੱਚ ਜਿਹੜੇ ਰਹਿੰਦੇ ਵੀ ਕਈ ਵਾਰ ਕਈ ਪੇਰੈਂਟਸ ਜਿਹੜੇ ਬਾਹਰ ਰਹਿ ਕੇ ਇੰਟਰਫੀਰੈਂਸ ਇੰਨੀ ਕਰਦੇ ਆ ਜਾ ਕੇ ਜਿਹੜੇ ਉਹ ਘਰ ਨੂੰ ਬਰਬਾਦ ਕਰ ਦਿੰਦੇ ਆ ਜਾ ਕੇ, ਚਾਹੇ ਉਹ ਮੁੰਡੇ ਦਾ ਘਰ ਹੈ ਚਾਹੇ ਉਹ ਕੁੜੀ ਦਾ ਘਰ ਹੈ ਜਾ ਕੇ। ਇਹ ਚੀਜ਼ ਹੈਗੀ ਜੁਆਇੰਟ ਫੈਮਿਲੀ ਨੂੰ ਤੋੜ ਰਹੀ ਹੈ ਜੀ, ਜੁਆਇੰਟ ਫੈਮਿਲੀ ਨੂੰ ਤੋੜ ਰਹੀ ਹੈ ਜਾ ਕੇ ਵੀ ਉਹ ਇਹ ਆ ਵੀ ਇਹ ਹੈਲ ਬਣਾ ਦਿੰਦੇ ਉਹਦੀ ਜ਼ਿੰਦਗੀ ਬਜਾਏ ਇਸ ਦੇ ਉਹਨਾਂ ਨੂੰ ਸਮਝਾ ਜਾ ਕੇ ਤਜਰਬੇ ਤੋਂ ਕਰਨ ਜਾ ਕੇ। ਸੋ ਪੇਰੈਂਟਸ ਦਾ ਜਿਹੜਾ ਇੰਟਰਫੀਰੈਂਸ ਹੈਗਾ ਆ ਉਹ ਜਿਹੜਾ ਹੈਗਾ ਕਾਫੀ ਜਿਹੜਾ ਨੁਕਸਾਨਦੇਹ ਹੁੰਦਾ। ਮੈਨੂੰ ਇੱਕ ਮੈਨੂੰ ਪਤਾ ਨਹੀਂ ਹੁਣ ਇਹ ਮੈਨੂੰ ਜੋਕ ਇੱਥੇ ਕਹਿਣਾ ਚਾਹੀਦਾ ਕਿ ਨਹੀਂ, ਕਿਸੇ ਮੈਨੂੰ ਦੱਸਿਆ ਸੀਗਾ ਹੈਗਾ ਥੋੜ੍ਹਾ ਜਿਹਾ, ਚਲੋ ਕੋਈ ਨਹੀਂ ਫਿਰ ਇਹ ਮੇਲ ਨਹੀਂ ਖਾਂਦਾ, ਫਿਰ ਕਰਾਂਗੇ ਤੁਹਾਨੂੰ ਕਿਤੇ ਦੱਸੂਗਾ ਇਕੱਲੇ। ਇਹੋ ਜਿਹਾ ਜੋਕ ਤੁਹਾਨੂੰ ਸੁਣਾਉਂਦੇ ਨਹੀਂ ਉਹ ਜੋਕ ਇੱਦਾਂ ਦਾ ਸੀ ਜੀ, ਉਹ ਮੁੰਡਾ ਕੋਈ ਨੌਨ ਵੈਜ ਜੋ ਹੈ ਜੀ, ਨਹੀਂ 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 ਮੁੰਡਾ ਸੋਰੀ ਗਿਆ ਜੀ, ਕੋਈ ਥੋੜ੍ਹਾ ਮੁੰਡਾ ਸੋਰੀ ਗਿਆ ਤਾਂ ਸੱਸ ਕਹਿੰਦੀ ਵੀ ਕਾਕਾ ਆਪਾਂ ਬਾਬਿਆਂ 'ਤੇ ਜਾਣਾ,
ਬਾਬਿਆਂ ਦੇ ਮੱਥਾ ਟੇਕਣ ਜਾਣਾ। ਉਹ ਕਹਿੰਦਾ ਠੀਕ ਹੈ ਚਲੋ ਚੱਲ ਚੱਲਦੇ ਹਾਂ ਜੀ। ਅਤੇ ਉਹ ਤਾਂ ਉਹਦੀ ਸੱਸ ਅਤੇ ਉਹਦਾ ਆਪਣੇ ਉਹਦੀ ਵਹੁਟੀ ਉਹ ਬਾਬਿਆਂ ਦੇ ਤਿੰਨੇ ਚਲੇ ਗਏ ਜੀ। ਅਤੇ ਉਹ ਬਾਬਿਆਂ ਦੇ ਮੱਥਾ ਮੁੱਥਾ ਟੇਕਿਆ ਅਤੇ ਬਾਬੇ ਕਹਿੰਦੇ ਵੀ ਜਿਹੜਾ ਸਵਰਗ ਨੂੰ ਜਾਣਾ ਚਾਹੁੰਦਾ ਉਹ ਹੱਥ ਖੜਾ ਕਰੋ। ਅੱਛਾ। ਅਤੇ ਉਹ ਸੱਸ ਨੇ ਵੀ ਹੱਥ ਖੜਾ ਕਰਤਾ ਤਾਂ ਉਹਦੀ ਵਹੁਟੀ ਨੇ ਵੀ ਹੱਥ ਖੜਾ ਕਰ ਦਿੱਤਾ ਅਤੇ ਉਹਨਾਂ ਕੀਤਾ। ਅਤੇ ਉਹ ਬਾਬੇ ਕਹਿੰਦੇ ਵੀ ਤੂੰ ਸਵਰਗ ਨਹੀਂ ਜਾਣਾ ਚਾਹੁੰਦਾ? ਉਹ ਕਹਿੰਦਾ ਨਹੀਂ ਜਦ ਜੀ ਇਹ ਦੋਏ ਚਲੇ ਗਈਆਂ ਤਾਂ ਮੇਰਾ ਤਾਂ ਫਿਰ ਇੱਥੇ ਸਵਰਗ ਹੀ ਆ। ਸੋ ਇਸ ਕਰਕੇ ਮੇਰਾ ਮਤਲਬ ਇੰਨਾ ਉਹ ਸਮਝ, ਕਿਉਂਕਿ ਉਹਦੇ ਮਨ ਦੇ ਵਿੱਚ ਵੀ ਇਹ ਪ੍ਰੋਬਲਮ ਕ੍ਰੀਏਟ ਕਰਦੇ ਵੀ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਆ, ਇਸ ਗੱਲ ਕਰਕੇ ਹੋ ਗਏ। ਸੋ ਇਹ ਤੋਂ ਗਰੇਜ਼ ਕੀਤਾ ਜਾਵੇ। ਅੱਛਾ, ਅਗਲਾ ਸੰਸਥਾ ਜਿਹੜਾ ਮੇਰੇ ਕੋਲ ਹੈਗਾ ਉਹ ਹੈਗੀ ਆ ਈਗੋ ਬੰਦੇ ਦੀ। ਈਗੋ ਜਿਹਨੂੰ ਆਪਾਂ ਕਹਿੰਦੇ ਹਾਂ ਖੁਦੀ, ਹੁਣ ਈਗੋ ਖੁਦੀ ਔਰ ਸੈਲਫ ਰਿਸਪੈਕਟ, ਇਹਨਾਂ ਦੇ ਵਿੱਚ ਬੜਾ ਥੋੜ੍ਹਾ ਜਿਹਾ ਫਰਕ ਹੈ, ਇਹ ਸੁਣਨ ਵਾਲੇ ਥੋੜ੍ਹਾ ਜਿਹਾ ਸਮਝ ਆ। ਹੁਣ ਇੱਕ ਤਾਂ ਜਿਹਨੂੰ ਖੁਦੀ, ਡਾਕਟਰ ਅਲਾਮਾ ਇਕਬਾਲ ਨੇ ਵੀ ਕਿਹਾ ਖੁਦੀ ਕੋ ਬੁਲੰਦ ਇਤਨਾ, ਹਾਂ ਖੁਦੀ ਕੋ, ਸਾਡੇ ਉੱਥੇ ਕੀ ਆ ਹੁਣ ਜਿਹੜੀ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਦਵੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ। ਹੁਣ ਇਹ ਉਹ ਖੁਦੀ ਨੂੰ ਘਰ 'ਚ ਬੁਲੰਦ ਕਰਦੇ ਆ ਲਿਆ ਕੇ, ਇੰਨੀ ਆ ਖੁਦੀ ਆ, ਜਦ ਵੀ ਕੋਈ ਗੱਲ ਕਹਿੰਦੇ ਵੀ ਮੈਂ ਨਹੀਂ, ਉਹਨੂੰ ਥੱਲੇ ਲੱਗਣਾ ਸਮਝਦੇ ਆ ਵੀ ਜੇ ਮੈਂ ਇਹਦੀ ਗੱਲ ਮੰਨ ਲਈ ਤਾਂ ਇਹ ਮੈਂ ਇਹਦੇ ਥੱਲੇ ਲੱਗਦਾ। ਕਮਾਂਡ ਸ਼ਬਦ ਆ ਉਹ, ਕਮਾਂਡ, ਕਮਾਂਡ ਆ ਪੰਜਾਬੀ, ਹੋਮੇ, ਹੋਮੇ ਕਹਿ ਲਓ, ਕਮਾਂਡ ਕਹਿ ਲਓ, ਖੁਦੀ ਕਹਿ ਲਓ, ਖੁਦੀ ਦਾ ਪੋਜ਼ਿਟਿਵ ਵੀ ਲੈ ਲੈਂਦੇ ਆ ਕਈ ਬੰਦੇ ਜਿਹੜੇ। ਇੱਕ ਉਹਦੇ ਵਿੱਚ ਤਿੰਨ ਸਾਹਿਬ ਕਈ ਬੰਦਿਆਂ ਨੂੰ ਇਹ ਆ, ਉਹ ਇਹ ਸਮਝਦੇ ਆ, ਉਹ ਆਪਣੇ ਪਾਰਟਨਰ ਨੂੰ ਸਮਝਦੇ ਵੀ ਇਹ ਮੇਰਾ ਮੇਲ ਨਹੀਂ ਹੈ। ਬਹੁਤਿਆਂ ਦੇ ਵਿੱਚ ਇਹ ਦਿਮਾਗ 'ਚ ਹੈਗੀ ਆ ਵੀ ਨਹੀਂ ਵੀ ਇਹ ਮੇਰਾ ਮੇਲ ਨਹੀਂ ਹੈ। ਬੰਦਿਆਂ ਦੇ ਵਿੱਚ ਵੀ ਹੈਗਾ ਅਤੇ ਔਰਤਾਂ ਦੇ ਵਿੱਚ ਵੀ ਹੈਗਾ ਵੀ ਇਹ ਮੇਰਾ ਮੇਲ ਨਹੀਂ ਹੈ। ਸਾਡੇ ਇੱਕ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ ਉੱਥੇ ਜਾ ਕੇ, ਕਾਲਜ ਦੀ ਗੱਲ ਹੈਗੀ, ਤਾਂ ਸਰ ਮੇਰਾ ਇੱਕ ਕੋਈ ਥੋੜ੍ਹਾ ਜਿਹਾ ਇੰਪੋਰਟੈਂਟ ਆਦਮੀ ਵਾਕਫ ਸੀਗਾ, ਤਾਂ ਉਹਨਾਂ ਨੂੰ ਪ੍ਰੋਫੈਸਰ ਨੂੰ ਪਤਾ ਲੱਗ ਗਿਆ ਵੀ ਇਹਦਾ ਬਾ ਮੈਨੂੰ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਸਾਡੇ ਘਰ ਲੈ ਕੇ ਆਇਓ। ਮੈਂ ਕਿਹਾ ਓਕੇ ਜੀ। ਅਤੇ ਮੈਂ ਉਹ ਉਹਨਾਂ ਨੂੰ ਉਹਨਾਂ ਦੇ ਘਰ ਲੈ ਕੇ ਆਇਆ ਤਾਂ ਉਹ ਜਿਹੜੇ ਪ੍ਰੋਫੈਸਰ ਕਹਿ ਲਓ ਜਾਂ ਕਾਲਜ ਟੀਚਰ ਕਹਿ ਲਓ, ਉਹ ਕਾਲਜ ਟੀਚਰ ਨੇ ਇੰਟਰੋਡਿਊਸ ਇੱਦਾਂ ਕੀਤਾ ਜੀ, ਉਹ ਕਹਿੰਦਾ ਮੀਟ ਮਾਈ ਇਲੀਟਰੇਟ ਵਾਈਫ। ਓ ਮਾਈ ਗੋਡ, ਮੀਟ ਮਾਈ ਇਲੀਟਰੇਟ ਵਾਈਫ, ਜਾ ਕੇ ਮੇਰੀ ਅਨਪੜ੍ਹ ਖਤੂਨ ਬੀਵੀ ਨੂੰ ਮਿਲੋ, ਬੀਵੀ ਨੂੰ ਮਿਲੋ। ਯਾਨੀ ਉਹਦੇ ਚਿੱਤ ਸੀ ਵੀ ਇਹ ਤਾਂ ਇਹ ਮੇਰਾ ਮੇਲ ਹੀ ਨਹੀਂ ਹੈ, ਜਾ ਕੇ ਮੈਂ ਤਾਂ ਇੰਨਾ ਪੜ੍ਹਾਉਂਦਾ ਇੰਨਾ ਜਾ ਕੇ ਇਹਨੂੰ ਕੀ ਹੈ, ਮਤਲਬ ਆਪਣੇ ਯੋਗ ਨਹੀਂ ਸਮਝਦੇ ਹੈ ਕਿ ਖੁਦੀ ਇੰਨੀ ਪੈਦਾ ਕਰ ਲੈਂਦੇ ਆ, ਈਗੋ ਹੋਮੇ ਇੰਨਾ ਵੱਧ ਜਾਂਦਾ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਇਹ ਸਮਝਣਾ ਵੀ ਮੇਰਾ ਜਿਹੜਾ ਹੈਗਾ ਇਹ ਇੱਕ ਬੰਦੇ ਦਾ ਇੱਧਰੋਂ ਗਿਆ, ਪਹਿਲੀਆਂ ਦੀ ਗੱਲ ਹੈ, 50 60 50 ਦੀ ਗੱਲ ਹੋਣੀ ਕਹਿੰਦੇ, ਉਹਦਾ ਘਰਦਿਆਂ ਦੇ ਵਿਆਹ ਕਰ ਦਿੱਤਾ ਜੀ, ਤੋ ਬਣੇ ਨਾ ਆਪਸ ਵਿੱਚ ਕਿਉਂ ਬਣਦੀ, ਉਹ ਕਿਹਾ ਇਹ ਕਰੇ ਜੀ ਅੰਗਰੇਜ਼ੀ ਪੰਜਾਬੀ ਦਾ ਕੋਈ ਮੇਲ ਹੈ ਜੀ। ਉਹ ਆਪਣੇ ਆਪ ਨੂੰ ਅੰਗਰੇਜ਼ੀ ਸਮਝੇ ਕਿਉਂਕਿ ਉਹ ਇੰਗਲੈਂਡ 'ਚੋਂ ਗਿਆ ਸੀਗਾ, ਅੰਗਰੇਜ਼ੀ ਪੰਜਾਬੀ ਦਾ ਕੋਈ ਮੇਲ ਹੈ ਜਾ ਕੇ? ਨਹੀਂ, ਹੁਣ ਇਹੋ ਜਿਹੇ ਲੋਕਾਂ ਲਈ ਸੋਸਾਇਟੀ 'ਚ ਕੋਈ ਥਾਂ ਨਹੀਂ ਸਾਹਿਬ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਹਾਂ ਹੋ ਸਕਦਾ ਮੈਂ ਨਹੀਂ ਕਹਿ ਸਕਦਾ, ਪਰ ਜਿਹੜੀ ਈਗੋ ਆ, ਈਗੋ ਜਿਹੜਾ ਹੈਗਾ ਬੜਾ ਰੋਲ ਅਦਾ ਕਰਦੀ ਹੈ ਜਾ ਕੇ ਵੀ ਮੈਂ ਜਿਹੜਾ ਹੈਗਾ ਮੇਰੀ ਗੱਲ ਠੀਕ ਹੈ, ਜਿਹੜੀ ਮੇਰੀ ਗੱਲ ਠੀਕ ਹੈ ਜਾ ਕੇ ਅਤੇ ਔਰ ਮੈਨੂੰ ਬਹੁਤ ਪਤਾ ਇਸ ਗੱਲ ਦੇ ਉੱਤੇ, ਇਹ ਈਗੋ ਇਹੀ ਆ, ਮੈਨੂੰ ਬਹੁਤ ਪਤਾ ਮੇਰੀ ਗੱਲ ਠੀਕ ਹੈ ਜਾ ਕੇ, ਇਹ ਜਿਹੜਾ ਹੈਗਾ ਆ ਇਹਨੂੰ ਉਸ ਗੱਲ ਦਾ ਇਹ ਪਤਾ ਨਹੀਂ। ਸਿੰਘ ਸਾਹਿਬ, ਇੱਕ ਬਹੁਤ ਜ਼ਰੂਰੀ ਇਹ ਗੱਲ ਮੈਂ ਕਹਿਣੀ ਚਾਹੁੰਦਾ, ਬਹੁਤ ਜ਼ੋਰ ਨਾਲ ਕਹਿਣੀ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਇਹ ਮੰਨ ਲੈਣਾ ਚਾਹੀਦਾ ਵੀ ਇੰਸਟਿੰਕਟਿਵਲੀ ਅਸੀਂ ਸਾਰੇ ਇੱਕੋ ਜਿਹੇ ਹਾਂ, ਅਸੀਂ ਸਾਰੇ ਇੱਕੋ ਜਿਹੇ ਹਾਂ। ਪਰ ਟ੍ਰੈਜਡੀ ਇਹ ਆ, ਹਰ ਆਦਮੀ ਨੂੰ ਵਹਿਮ ਆ ਵੀ ਮੈਂ ਇੱਕੋ ਜਿਹਾ ਥੋੜ੍ਹਾ ਹਾਂ ਬਾਕੀਆਂ ਨੂੰ, ਮੈਂ ਤਾਂ ਡਿਫਰੈਂਟ ਹਾਂ, ਮੇਰੇ 'ਚ ਆਹ ਸਿਫਤ ਆ, ਮੇਰੇ 'ਚ ਆਹ ਸਿਫਤ ਆ, ਮੇਰੇ 'ਚ ਆਹ, ਇੱਦਾਂ ਨਹੀਂ ਹੈ, ਬੜੇ ਜ਼ੋਰ ਸਾਰੇ ਇੱਕੋ ਜਿਹੇ ਆ ਸਿੰਘ ਸਾਹਿਬ। ਇੰਸਟਿੰਕਟਿਵਲੀ ਦੇਖੋ ਤਾਂ ਸਾਰੇ ਇੱਕੋ, ਕਿਸੇ 'ਚ ਕੋਈ ਗੁਣ ਆ, ਕਿਸੇ 'ਚ ਕੋਈ ਗੁਣ ਆ, ਕਿਉਂ ਤੁਸੀਂ ਇਹ ਸਮਝਦੇ ਆ ਵੀ ਮੇਰੇ 'ਚ ਜ਼ਿਆਦਾ ਹੈਗਾ ਜਾਂ ਉਹਦੇ 'ਚ ਨਹੀਂ ਹੈਗਾ? ਇੱਕ ਉਹਦੇ ਵਿੱਚ ਹੈਗੇ ਫਾਈਨੈਂਸਿਸ, ਫਾਈਨੈਂਸਿਸ ਵੀ ਬੜਾ, ਇਹਨੂੰ ਹੁਣ ਆਪਾਂ ਬਰੀਫ ਕਰੀ ਜਾਵਾਂਗੇ, ਫਾਈਨੈਂਸਿਸ ਜਿਹੜੇ ਹੈਗੇ ਆ ਇਹਨੂੰ ਔਰਗੇਨਾਈਜ਼ ਕਰ ਲੈਣਾ ਚਾਹੀਦਾ ਕਿਉਂਕਿ ਇੰਡੀਆ ਨਾਲੋਂ ਸਿਸਟਮ ਡਿਫਰੈਂਟ ਆ। ਇੰਡੀਆ ਵਿੱਚ ਸਿਰਫ ਆਦਮੀ ਕੰਮ ਕਰਦਾ ਹੁੰਦਾ ਸੀ ਤਾਂ ਔਰਤ ਘਰ ਸੰਭਾਲਦੀ ਹੁੰਦੀ ਸੀ, ਹੁਣ ਜਿਹੜੇ ਹੈਗੇ ਦੋਨੋਂ ਕੰਮ ਕਰਦੇ ਆ, ਉਹਨੀ ਰਿਲੇਸ਼ਨ 'ਤੇ ਬਹੁਤ ਹੋਰ ਤਰ੍ਹਾਂ ਦਾ ਅਸਰ ਪਾਤਾ ਔਰ ਕਈਆਂ ਹਾਲਤਾਂ ਦੇ ਵਿੱਚ ਨੈਗੇਟਿਵ ਅਸਰ ਪਾਇਆ, ਜੁਆਇੰਟ ਅਕਾਊਂਟ ਹੋਣਾ ਚਾਹੀਦਾ, ਨੈਗੇਟਿਵ ਅਸਰ ਪਾਇਆ ਜਾ ਕੇ ਜਿਹੜਾ ਹੈਗਾ ਆਪਣੇ ਆਪ ਨੂੰ, ਉਹਨੇ ਕਿੱਦਾਂ ਮੈਨੇਜ ਕਰਨਾ ਉਹ ਮੈਨੇਜ ਕਰਨਾ ਆਪਣੇ ਆਪ ਨੂੰ, ਪਰ ਉਹ ਜਿਹੜਾ ਹੈਗਾ ਲੜਾਈ ਦਾ ਕਾਰਨ ਨਾ ਬਣਨ, ਜਿਹੜੇ ਫਾਈਨੈਂਸ ਗਏ ਵੀ ਮੈਂ ਵੀ ਕਮਾਉਣਾ ਤਾਂ ਤੂੰ ਵੀ ਕਮਾਉਣੀ। ਅਗਲਾ, ਉਸ ਤੋਂ ਅਗਲਾ ਜਿਹੜਾ ਹੈਗਾ ਐਕਸਟਰਾ ਮੈਰੀਟਲ ਰਿਲੇਸ਼ਨਸ, ਉਹ ਜਿਹੜਾ ਹੈਗਾ ਜਿਹੜਾ ਵਿਆਹ ਤੋਂ ਬਾਅਦ ਜਿਹੜੇ ਹੈਗੇ ਆ, ਉਹ ਮੈਂ ਤੁਹਾਨੂੰ ਪੁੱਛਣਾ ਸੀ, ਮੈਂ ਕਿਹਾ ਤੁਸੀਂ ਦੱਬ ਗਏ ਪਰ ਉਹ ਇਨਫਿਡੈਲਿਟੀ ਆ ਜਿਹੜਾ ਇੱਕ ਕਾਰਨ ਆ। ਹਾਂ, ਉਹਦੇ ਵਿੱਚ ਕਈ ਵਾਰੀ ਸ਼ੱਕ ਵੀ ਹੈ ਜਾਂ ਕਈ ਰੀਅਲ ਇਨਫਿਡੈਲਿਟੀ ਵੀ ਹੈ। ਦੇਖੋ ਥਿੰਨ ਸਾਹਿਬ, ਇਹ ਜਿਹੜਾ ਹੈਗਾ ਆ, ਇਹ ਜਿਹਨੂੰ ਇਨਫਿਡੈਲਿਟੀ ਕਹਿੰਦੇ ਆ, ਇਹ ਸੁਸਾਇਟੀ ਦੇ ਵਿੱਚ ਇਹ ਬਦ ਅਖਲਾਕੀ ਕੀ ਆ, ਅਖਲਾਕ ਕੀ ਆ, ਇਹਦੇ ਵਿੱਚ ਓਪੀਨੀਅਨ ਬਦਲਦੀ ਰਹੀ। ਅੱਜ ਦਾ ਮੌਜੂਦਾ ਪਰਿਵਾਰ ਜਿਹੜਾ ਹੈਗਾ ਆ ਉਹ ਇਹਨੂੰ ਮਾਨਤਾ ਨਹੀਂ ਦਿੰਦਾ ਹੈ। ਉਹ ਜੇ ਤੁਹਾਡੇ ਰਿਲੇਸ਼ਨ ਬਾਹਰ ਕਿਸੇ ਦੇ ਨਾਲ ਹੈਗੇ ਆ ਤਾਂ ਉਹ ਕਾਰਨ ਬਣਦਾ ਹੈਗਾ ਘਰ ਦੇ ਪ੍ਰੋਬਲਮ ਆਉਂਦਾ ਜਾ ਕੇ। ਸੋ ਉਹਦੇ ਵਿੱਚ ਬਹੁਤ ਥੋੜ੍ਹੇ ਨਵੇਂ, ਕਹਿੰਦੇ ਨਵੀਂ ਪੀੜ੍ਹੀ ਆਏ ਦੇ ਕੁਛ ਬੰਦੇ ਨਿਕਲੇ ਜਿਹੜੇ ਕਹਿੰਦੇ ਤੂੰ ਜੋ ਮਰਜ਼ੀ ਕਰੀ ਜਾਂ ਮੈਂ ਜੋ ਮਰਜ਼ੀ, ਪਰ ਆਮ ਨਹੀਂ ਹੈ।
ਕਈਆਂ ਦੀ ਫਿਤਰਤ ਦੇ ਵਿੱਚ ਸ਼ਾਮਿਲ ਹੋ ਚੁੱਕੀ ਇਨਫਿਡੈਲਿਟੀ, ਇਹਦੇ ਕਾਰਨਾਂ ਤੋਂ ਬਿਨਾਂ ਵੀ ਸਭ ਕੁਛ ਹੋਣ ਦੇ ਬਾਵਜੂਦ। ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇਹ ਤੁਹਾਡੀ ਗੱਲ ਠੀਕ ਹੈ ਤੇ ਗੱਲ ਹੈ, ਇਹ ਤਾਂ ਫਿਤਰਤ ਵਿੱਚ ਕਈਆਂ ਦੇ ਨਹੀਂ, ਇਹ ਫਿਤਰਤ 'ਚ ਆ। ਥਿੰਦ ਸਾਹਿਬ ਜੇ ਇਨਫਿਡੈਲਿਟੀ ਜਿਹੜੀ, ਜੇ ਫਿਡੈਲਿਟੀ ਕਾਇਮ ਕਰ ਰਹੇ ਆ ਤਾਂ ਇਸ ਕਰਕੇ ਨਹੀਂ ਕਰ ਰਹੇ ਵੀ ਉਹ ਚਾਹੁੰਦੇ ਨਹੀਂ ਹੈ, ਉਹ ਇਸ ਕਰਕੇ ਕਰ ਰਿਹਾ ਉਹਨਾਂ ਨੂੰ ਪ੍ਰੈਸ਼ਰ ਹੈ, ਉਹਨਾਂ ਨੂੰ ਪਰਿਵਾਰ ਦਾ ਪ੍ਰੈਸ਼ਰ ਹੈ, ਸਮਾਜ ਦਾ ਪ੍ਰੈਸ਼ਰ ਹੈ, ਲਾਅ ਦਾ ਪ੍ਰੈਸ਼ਰ ਹੈ। ਹਾਂ ਠੀਕ ਹੈ ਫਿਰ ਸਰ, ਬੜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ। ਰੈਡ ਐਫ ਐਮ।